ਦੁਨੀਆ ਦੇ ਵਿੱਚ ਰੱਖ ਫਰੀਦਾ ਐਸਾ ਬਹਿਣ ਖਲੋਣ, ਦੁਨੀਆ ਦੇ ਵਿੱਚ ਰੱਖ ਫਰੀਦਾ ਐਸਾ ਬਹਿਣ ਖਲੋਣ, ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ, ਕੋਲ ਹੋਣ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ। ਬਾਬਾ ਫਰੀਦ ਜੀ ਦੀਆਂ ਇਹਨਾਂ ਬਹੁਤ ਵਧੀਆ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਰਾਤੀ ਆਪਾਂ ਵਿਸ਼ਾ ਰੱਖਿਆ ਸੀਗਾ, ਇੱਕ ਗੋਲੀ ਚੱਲੀ ਸੀ, ਡੀ ਜੇ ਵਾਲੇ ਦੀ ਮੌਤ ਹੋਈ ਸੀਗੀ, ਅਤੇ ਹਜੇ ਆਪਾਂ ਮਤਲਬ ਗੱਲਾਂ ਹੀ ਕਰਦੇ ਸੀ ਵੀ ਇਹਦਾ ਹੱਲ ਕੀ ਹੈ, ਅਤੇ ਰਾਤੀ ਫਿਰ ਮਤਲਬ ਇੱਕ ਦੁਰਾਹੇ ਨੇੜੇ ਕੋਈ ਫੰਕਸ਼ਨ ਚੱਲਦਾ ਸੀਗਾ, ਬੱਬੂ ਮਾਨ ਦਾ ਸ਼ੋਅ ਚੱਲਦਾ ਸੀਗਾ, ਉੱਥੇ ਗੋਲੀ ਚੱਲ ਗਈ ਅਤੇ ਦੋ ਮਰ ਗਏ ਨੇ, ਬਾਕੀ ਜ਼ਖਮੀ ਜ਼ੁਖਮੀ ਹੋ ਗਏ ਭਗਦੜ ਦੇ ਵਿੱਚ। ਹੁਣ ਇਹਦੇ 'ਚ ਬੱਬੂ ਮਾਨ ਨੂੰ ਦੋਸ਼ ਤਾਂ ਕਈ ਦਿੰਦੇ ਹੋਣਗੇ, ਬੱਬੂ ਮਾਨ ਨੇ ਗਾਣੇ ਇੱਦਾਂ ਦੇ ਗਾਏ ਆ, ਪਰ ਉੱਥੇ ਉਹਨਾਂ ਦਾ ਆਪਸ 'ਚ ਕੋਈ ਤਕਰਾਰ ਹੋਈ ਹੈ, ਇਹਦਾ ਮਤਲਬ ਪਿਸਤੌਲ ਉੱਥੇ ਸੀਗਾ, ਹਥਿਆਰ ਉੱਥੇ ਸੀਗੇ, ਅਤੇ ਤਾਂ ਹੀ ਫਿਰ ਪੰਗਾ ਪਿਆ, ਇਹਦਾ ਹੱਲ ਹੁਣ ਰੱਬ ਹੀ ਜਾਣੇ ਜੀ। ਪਰ ਇਹ ਬਹੁਤ ਮਾੜੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ, ਬਹੁਤ ਮਾੜੀਆਂ ਗੱਲਾਂ ਹੋ ਰਹੀਆਂ। ਚਲੋ ਖੈਰ, ਅਗਲੀ ਗੱਲ ਕਰਦੇ ਹਾਂ। ਇੱਕ ਹੋਰ, ਪਿਆਜ਼ ਬਹੁਤ ਮਹਿੰਗੇ ਹੋਏ, ਕਹਿੰਦੇ ਪਿਆਜ਼ ਜਿਹੜਾ ਪਿਆਜ਼ ਹੈਗਾ ਉਹ ਅਸਮਾਨ ਨਾਲ ਗੱਲਾਂ ਕਰ ਰਿਹਾ, ਅਸਮਾਨ ਅੱਗੇ ਜਵਾਬ ਹੀ ਨਹੀਂ ਦਿੰਦਾ, ਇੰਨਾ ਮਹਿੰਗਾ ਹੋ ਗਿਆ। ਔਰ ਜਿਹੜੇ ਪਿਆਜ਼ ਅਨਾਰ ਹੈ ਉਹ ਪਿਆਜ਼ ਬਣ ਗਏ ਨੇ ਅੱਜ ਕੱਲ੍ਹ, ਪਿਆਜ਼ ਜਿਹੜੇ ਨੇ ਅਨਾਰ ਬਣ ਗਏ ਨੇ, ਟਮਾਟਰ ਜਿਹੜੇ ਨੇ ਉਹ ਵੀ ਮਹਿੰਗੇ ਹੋਏ ਪਏ ਨੇ, ਸਾਰਾ ਕੁਝ ਬਹੁਤ ਬੁਰਾ ਹਾਲ ਹੋਇਆ ਪਿਆ। ਸੋ ਪਿਆਜ਼ ਜਿਹੜੇ ਨੇ ਬਾਹਰਲੇ ਮੁਲਕਾਂ ਤੋਂ ਹੁਣ ਮੰਗਵਾਉਣ ਦੀ ਤਿਆਰੀ ਚੱਲ ਰਹੀ ਹੈ, 11,000 ਟਨ ਜਿਹੜਾ ਪਿਆਜ਼ ਹੈ ਉਹ ਬਾਹਰਲੇ ਮੁਲਕਾਂ ਤੋਂ ਮੰਗਵਾਉਣਾ। ਦੇਖੋ ਜੀ, ਬਾਹਰਲਾ ਪਿਆਜ਼ ਤਾਂ ਮੈਨੂੰ ਲੱਗਦਾ ਫਰਕ ਹੋਊਗਾ ਫਿਰ ਪੰਜਾਬ ਦੇ ਪਿਆਜ਼ ਨਾਲੋਂ। ਚਲੋ ਖੈਰ, ਆਪਾਂ ਅੱਜ ਦੇ ਪ੍ਰੋਗਰਾਮ ਵਿੱਚ ਚੱਲੀਏ, ਕੋਸ਼ਿਸ਼ ਕਰੀ ਦੀ ਵੀ ਇੱਕ ਦੋ ਗੱਲ ਬਾਜੜੀ ਕੋਈ ਹੋਵੇ ਤੁਹਾਡੇ ਸਾਂਝੀ ਕਰਕੇ, ਤਾਂ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਵੱਲ ਚੱਲੀਏ। ਸੋ ਅੱਜ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ। ਪ੍ਰੋਗਰਾਮ ਦੇ ਵਿੱਚ ਵਿਸ਼ਾ ਜਿਵੇਂ ਅੱਜ ਕੋਈ ਸੋਸ਼ਲ ਗੱਲਾਂ ਬਾਤਾਂ ਕਰੀ ਦੀਆਂ, ਰੀਤੀ ਰਿਵਾਜ਼ਾਂ ਦੀਆਂ ਗੱਲਾਂ ਬਾਤਾਂ ਕਰੀ ਦੀਆਂ, ਆਪਣੇ ਵਿਆਹਾਂ ਸ਼ਾਦੀਆਂ ਦੀਆਂ ਗੱਲਾਂ ਬਾਤਾਂ ਕਰੀ ਦੀਆਂ, ਅਤੇ ਉਸ ਤੋਂ ਪਹਿਲਾਂ ਹੁੰਦਾ ਮੇਲ ਬਾਕਸ, ਜਾਣੀ ਕਿ ਤੁਹਾਡੇ ਸੁਨੇਹੇ ਸੱਜਣਾਂ ਦੇ, ਅਤੇ ਉਹ ਜੋ ਸਵਾਲ ਹੁੰਦੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀ ਦੀ ਹੈ। ਪਹਿਲਾ ਸਵਾਲ ਲੈਂਦੇ ਹਾਂ ਜੀ ਜਤਿੰਦਰ ਕੌਰ ਸੰਘਾ ਜੀ ਫਰਿਜਨੋ ਤੋਂ। ਉਹ ਕਹਿੰਦੇ ਜੀ ਵੀ ਸਖੀ ਨਾਲੋਂ ਸੂੰ ਭਲਾ ਜੋ ਤੁਰਤ ਦੇਵੇ ਜਵਾਬ, ਇੱਕ ਮੁਹਾਵਰਾ ਹੈ, ਸਖੀ ਨਾਲੋਂ ਸੂੰ ਭਲਾ ਜੋ ਤੁਰਤ ਦੇਵੇ ਜਵਾਬ, ਇਸ ਮੁਹਾਵਰੇ ਦਾ ਕੀ ਮਤਲਬ ਹੈ? ਲਓ ਜੀ, ਮਤਲਬ ਤਾਂ ਬੜਾ ਸਿੱਧਾ, ਇਸ ਮੁਹਾਵਰੇ ਦਾ ਕੋਈ ਵਿੱਚ ਹੈ ਹੀ ਨਹੀਂ ਵਲ ਫਰੇਬ ਤਾਂ ਮੁਹਾਵਰੇ ਦੇ ਵਿੱਚ। ਤਾਂ ਸਖੀ ਨਾਲੋਂ ਸੂੰ, ਸਖੀ ਮਤਲਬ ਕਿ ਆਪਾਂ ਖਾਸ ਬੰਦਾ ਹੋਵੇ, ਸਖੀ ਜਿਹੜਾ ਹੈਗਾ, ਸਖੀ ਕੋਈ ਰਿਸ਼ਤੇਦਾਰ, ਭੈਣ ਭਰਾ, ਦੋਸਤ ਮਿੱਤਰ ਹੈਗਾ, ਉਹਦੇ ਨਾਲੋਂ ਸੂੰ ਮੰਗਵਾਉਣੇ। ਕੰਜੂਸ ਭਲਾ, ਕੰਜੂਸ ਨੇ ਕੰਜੂਸ ਕੋਲੋਂ ਪੈਸੇਦਾਰੇ ਮੰਗ ਲਓ, ਉਹਨੇ ਜਦੇ ਜਵਾਬ ਦੇਣਾ ਵੀ ਨਾ ਬਾਈ ਮੇਰੇ ਕੋਲ ਤਾਂ ਹੈ ਨਹੀਂ। ਚਲੋ ਗੱਲ ਨਿਬੜ ਗਈ। ਸਖੀ ਜਿਹੜੇ ਖਾਸ ਬੰਦੇ ਹੁੰਦੇ ਨੇ, ਉਹਨਾਂ ਨੂੰ ਕੋਈ ਪੈਸੇਦਾਰੇ ਮੰਗ ਲਓ ਤਾਂ ਉਹਨਾਂ ਨੇ ਨਾ ਦੇਣੇ ਆ ਅਤੇ ਨਾ ਕਰਨੀ ਹੈ। ਜਿਵੇਂ ਹੁਣ ਮਨਪ੍ਰੀਤ ਬਾਦਲ ਜਾ ਕੇ ਆਇਆ ਸੈਂਟਰ ਦੇ ਵਿੱਚ ਵੀ ਪੰਜਾਬ ਦਾ ਜਿਹੜਾ GST ਬਚਿਆ ਹੈਗਾ ਕਿੰਨਾ, 2100 ਕਰੋੜ, ਵੀ ਉਹ ਸਾਨੂੰ ਦੇ ਦਿਓ ਜਾਂ ਜਵਾਬ ਦਿਓ। ਹੁਣ ਤੱਕ ਮਤਲਬ ਉਹ ਨਾ ਜਵਾਬ ਦਿੰਦੇ ਸੀ ਅਤੇ ਨਾ ਪੈਸੇ ਦਿੰਦੇ ਸੀ। ਹੁਣ ਕਹੇ ਵੀ ਜਵਾਬ ਦੇ ਦਿਓ ਭਾਈ, ਨਹੀਂ ਦੇਣਾ ਤਾਂ ਕਹਿ ਦਿਓ ਨਹੀਂ ਫਿਰ ਦਿੰਦੇ ਵੀ ਹੁਣ ਮੇਰੇ ਖਿਆਲ ਦਸੰਬਰ ਤੋਂ 18 ਦਸੰਬਰ ਤੋਂ ਪਹਿਲਾਂ ਪੰਜਾਬ ਦੇ ਪੈਸੇ ਇਹ ਆ ਜਾਣੇ ਜਿਹੜੇ ਹੈਗੇ ਆ, 2100 ਕਰੋੜ ਰੁਪਈਆ, ਕਾਫੀ ਕੁਛ ਹੋ ਸਕਦਾ। ਚਲੋ, ਆਪਾਂ ਗੱਲ ਕਰਦੇ ਸੀ ਵੀ ਜਾਂ ਤਾਂ ਜਵਾਬ ਦੇ ਦੇਵੇ ਬੰਦਾ, ਪਰ ਸਾਡੇ ਬਾਹਲੇ ਬੰਦੇ ਜਿਹੜੇ ਖਾਸ ਮਿੱਤਰ ਹੁੰਦੇ ਆ ਉਹਨਾਂ ਨੇ ਨਾ ਜਵਾਬ ਦੇਣਾ ਅਤੇ ਨਾ ਕੰਮ ਕਰਨਾ। ਪੰਜਾਬ ਦੇ ਬਹੁਤ ਸਾਰੇ ਲੀਡਰ ਮੰਤਰੀ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਸਖੀ ਹੈਗੇ ਨੇ ਤੁਹਾਡੇ, ਬਹੁਤ ਸਕੇ ਨੇ, ਸਕੇ ਸਖੀ ਮਤਲਬ ਸਕੇ ਵੀ ਕਹਿ ਸਕਦੇ ਆ, ਪਰ ਉਹਨਾਂ ਨੇ ਕੰਮ ਕੋਈ ਨਹੀਂ ਕਰਨਾ, ਨਾ ਤੁਹਾਨੂੰ ਜਵਾਬ ਦੇਣਾ, ਅਖੀਰ ਤੁਸੀਂ ਆਪੇ ਹੀ ਪਿੱਛੇ ਹਟ ਜਾਓਗੇ। ਬਹੁਤ ਸਾਰੇ ਕੇਸ ਇੱਦਾਂ ਦੇ ਹੁੰਦੇ ਨੇ, ਬੰਦਾ ਕੋਈ ਕਿਸੇ ਨੂੰ ਕੰਮ ਕਹਿੰਦਾ, ਗੇੜੇ ਗੂੜੇ ਮਾਰੀ ਜਾਂਦਾ, ਕੰਮ ਨਹੀਂ ਹੁੰਦਾ ਤਾਂ ਅਖੀਰ ਬੰਦਾ ਖੇੜਾ ਛੱਡਦਾ, ਦਫਾ ਕਰੋ ਯਾਰ। ਮੁੜ ਕੇ ਉਹ ਬੰਦਾ ਫਿਰ ਉੱਤੋਂ ਅਹਿਸਾਨ ਜਿਤਾਉਂਦਾ, ਯਾਰ ਤੂੰ ਆਇਆ ਹੀ ਨਹੀਂ, ਮੁੜ ਕੇ ਦੱਸਿਆ ਹੀ ਨਹੀਂ, ਹੈ ਉਹ ਕੰਮ ਮੈਂ ਤਾਂ ਤੇਰਾ ਕੰਮ ਕਰ ਦੇਣਾ, ਤੂੰ ਮੁੜ ਕੇ ਦੱਸਿਆ ਹੀ ਨਹੀਂ। ਇਹ ਹਾਲ ਹੈਗਾ, ਬਹੁਤ ਸਾਰੀਆਂ ਘਰ ਵਾਲੀਆਂ ਵੀ ਹੁੰਦੀਆਂ ਇੱਦਾਂ ਕਿ ਜਵਾਬ ਨਹੀਂ ਦਿੰਦੀਆਂ ਅਤੇ ਨਾ ਕੰਮ ਹੀ ਕਰਨਾ ਹੁੰਦਾ। ਕਈ ਹੈਗੇ ਨੇ ਕਿ ਸੀਗੀ ਘਰ ਵਾਲੀ ਕਹਿੰਦੀ ਵੀ ਦੱਸੋ ਜੀ ਕੀ ਬਣਾਵਾਂ ਅੱਜ, ਮੈਂ ਤੁਹਾਡੀ ਪਸੰਦ ਦਾ ਬਣਾਉਣੀ ਆ। ਉਹ ਕਹਿੰਦਾ ਜੋ ਮਰਜ਼ੀ ਬਣਾ ਲਾ। ਨਹੀਂ 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 ਤੁਸੀਂ ਦੱਸੋ। ਉਹ ਕਹਿੰਦਾ ਫਿਰ ਐਂ ਕਰ, ਆਲੂ ਛੋਲੇ ਬਣਾ ਲਾ। ਨਾ ਨਾ, ਉਹ ਟਾਈਮ ਬਹੁਤ ਲੱਗ ਜਾਣਾ, ਉਹ ਭੇਣ ਨੂੰ ਭੇਣੇ ਪੈਣੇ ਆ ਤਾਂ ਫਿਰ ਉਹ ਚੱਲ ਫਿਰ। ਉਹ ਕਹਿੰਦਾ ਜੋ ਮਰਜ਼ੀ, ਨਹੀਂ 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 ਤੁਸੀਂ ਦੱਸੋ ਕੀ ਬਣਾਵਾਂ। ਉਹ ਕਹਿੰਦਾ ਮੈਂ ਕੜੀ ਬਣਾ ਲਾ। ਨਹੀਂ ਨਹੀਂ ਕੜੀ ਤਾਂ ਕਿੱਥੇ ਜੀ, ਪਰਸੋਂ ਖਾਧੀ, ਹੁਣ ਕੜੀ ਹੋਈ ਖਾਈ ਜਾਣੀ ਰੋਜ਼, ਹੋਰ ਦੱਸੋ। ਕਹਿੰਦਾ ਮੈਂ ਜੋ ਮਰਜ਼ੀ ਬਣਾ ਲਾ। ਨਹੀਂ 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 ਤੁਸੀਂ ਦੱਸੋ ਕੀ ਬਣਾਵਾਂ, ਤੁਸੀਂ ਦੱਸੋ।
ਉਹ ਕਹਿੰਦਾ ਤੂੰ ਪਨੀਰ ਬਣਾ ਲਾ। ਨਹੀਂ, ਪਨੀਰ ਜਿਹੜਾ ਉਹ ਹੈਵੀ ਹੁੰਦਾ, ਉਹ ਨਾਲ ਪਤਾ ਕੀ ਹੈ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ, ਉਹ ਫਿਰ ਖਾ ਕੇ ਬੰਦਾ ਮੋਟਾ ਹੋ ਜਾਂਦਾ, ਫੈਟ ਵੀ ਵੱਧ ਜਾਂਦੀ, ਪਨੀਰ ਨਹੀਂ ਹੋਰ ਕੁਛ ਦੱਸੋ। ਉਹ ਕਹਿੰਦਾ ਫਿਰ ਜੋ ਮਰਜ਼ੀ ਬਣਾ। ਨਹੀਂ, ਤੁਸੀਂ ਦੱਸੋ ਕੀ ਬਣਾ। ਉਹ ਨਾ ਬਣਾਉਣਾ ਉਹਦੇ ਕਹਿਣ 'ਤੇ, ਤਾਂ ਨਾ ਉਹਨੂੰ ਤੂੰ ਭਾਈ ਫਿਰ ਪੁੱਛ ਹੀ ਕਿਉਂ ਰਹੀ ਹੈ। ਇੱਦਾਂ ਲੀਡਰ ਜਿਹੜੇ ਹੁੰਦੇ ਆ ਉਹਨੂੰ ਪੁੱਛ ਲਓ, ਜਨਤਾ ਪੁੱਛ ਲਵੇ ਵੀ ਫੋਨ ਤੁਹਾਨੂੰ ਕੰਮ ਹੋਵੇ ਜੀ, ਕਿਹੜੇ ਟਾਈਮ ਕਰ ਸਕਦੇ ਹਾਂ, ਜਦੋਂ ਮਰਜ਼ੀ ਕਰੋ ਜੀ, ਜਨਤਾ ਦੀ ਸੇਵਕ ਹੈ, 24 ਘੰਟੇ ਜਦੋਂ ਮਰਜ਼ੀ ਕਰੋ। ਸਵੇਰੇ ਕਰ ਲਿਆ ਕਰੀ ਜੀ ਵੀ 8 ਵਜੇ ਤੋਂ 9 ਵਜੇ, ਉਹਨਾਂ ਹੀ ਨਹੀਂ ਸਵੇਰੇ ਤਾਂ ਯਾਰ ਫਿਰ ਫਰੈਸ਼ ਫਰੁਸ਼ ਹੋਣਾ, ਨਹਾਉਣ ਨੂੰ ਧੋਣਾ ਹੁੰਦਾ, ਸਵੇਰੇ ਤੋਂ ਤੁਸੀਂ ਟਾਈਮ ਹੁੰਦਾ, ਤੁਸੀਂ ਜਦੋਂ ਮਰਜ਼ੀ ਕਰ ਲਿਆ ਕਰੋ। ਕਹਿੰਦੇ ਜੀ ਕਿਹੜੇ ਟਾਈਮ, ਜਦੋਂ ਮਰਜ਼ੀ ਕਰ ਲਿਆ ਕਰੋ। ਉਹ ਕਹਿੰਦੇ ਮੈਂ ਦੁਪਹਿਰੇ ਕਰ ਲਿਆ ਕਰੀ 11-12 ਵਜੇ। ਨਹੀਂ, ਦੁਪਹਿਰੇ 11-12 ਵਜੇ ਤਾਂ ਫਿਰ ਜਾ ਕੇ ਉੱਥੇ ਬਿਜ਼ੀ ਹੋ ਜਾਣਾ ਦਫ਼ਤਰ ਦੇ ਵਿੱਚ, ਅਤੇ ਉੱਥੇ ਨਹੀਂ ਫਿਰ ਕੋਈ ਨਹੀਂ ਤੁਸੀਂ। ਉਹ ਕਹਿੰਦੇ ਜੀ ਫਿਰ ਕਦੋਂ ਕਰਿਆ ਕਰੀਏ, ਜਦੋਂ ਮਰਜ਼ੀ ਕਰ ਲਿਆ ਕਰੋ ਫੋਨ, ਗੱਲ ਕਰੀਏ ਸ਼ਾਮ ਨੂੰ ਕਰ। ਨਹੀਂ ਨਹੀਂ ਸ਼ਾਮ ਨੂੰ ਤਾਂ ਯਾਰ ਫਿਰ ਪਤਾ ਕੀ, ਉੱਥੇ ਦਫ਼ਤਰ ਦੇ ਵਿੱਚ ਕੰਮ ਬਹੁਤ ਹੁੰਦਾ, ਅਤੇ ਸ਼ਾਮ ਨੂੰ ਉਦੋਂ ਆਉਣਾ ਹੁੰਦਾ, ਅਤੇ ਫਿਰ ਆ ਕੇ ਗੱਲਬਾਤ ਕਰਨੀ ਹੁੰਦੀ ਜਿਹੜੀ, ਵਾਪਸ ਘਰ ਨੂੰ ਆਉਣਾ ਹੁੰਦਾ ਤਾਂ ਟਾਈਮ ਲੱਗ ਜਾਂਦਾ, ਹੋਰ ਟਾਈਮ ਕਰ ਲਿਓ। ਉਹ ਕਹਿੰਦੇ ਫਿਰ ਹੋਰ ਕਿਹੜੇ ਟਾਈਮ ਕਰ ਲਿਓ, ਜਦੋਂ ਮਰਜ਼ੀ ਕਰ ਲਿਓ। ਕਹਿੰਦੇ ਰਾਤ ਨੂੰ ਕਰ ਲਿਆ ਕਰੀਏ ਫੋਨ, 7-8 ਵਜੇ 9 ਵਜੇ। ਨਹੀਂ ਨਹੀਂ ਫਿਰ ਰਾਤ ਨੂੰ ਯਾਰ ਘਰੇ ਬਿਜ਼ੀ ਹੋਈਦਾ ਜਵਾਕਾਂ ਦੇ ਵਿੱਚ, ਫਿਰ ਘਰ ਦੇ ਵੀ ਕਹਿੰਦੇ ਸਾਰਾ ਦਿਨ ਤੁਹਾਡਾ ਕੰਮ ਹੀ ਨਹੀਂ ਮੁੱਕਦਾ, 24 ਘੰਟੇ ਫੋਨ 'ਤੇ ਲੱਗੇ ਰਹਿੰਦੇ। ਉਹ ਕਹਿੰਦਾ ਜੀ ਫਿਰ ਕਦੋਂ ਕਰਿਆ ਕਰੀਏ, ਜਦੋਂ ਮਰਜ਼ੀ ਕਰ ਲਿਆ ਕਰੋ। ਇਹ ਹੁੰਦੇ ਜੀ ਜਿਹੜੇ ਸਖੀ ਹੁੰਦੇ ਆ, ਖਾਸ ਬੰਦੇ। ਇਹਨਾਂ ਨਾਲੋਂ ਕਹਿੰਦੇ ਵੀ ਸੂਮ ਭਲਾ ਕਿ ਜਿਹੜਾ ਜਵਾਬ ਤਾਂ ਦੇ ਦਿੰਦਾ ਨਾ, ਘੱਟੋ ਘੱਟ ਇੱਕ ਵਾਰੀ ਗੁੱਸਾ ਜਿਹਾ ਆਉਂਦਾ, ਮੁੜ ਕੇ ਬੰਦਾ ਠੰਡਾ ਹੋ ਕੇ ਬਹਿ ਜਾਂਦਾ। ਚਲੋ ਖੈਰ, ਜਸਪਿੰਦਰ ਕੌਰ ਜੀ ਮਿਸੀ ਸਾਗਾ ਤੋਂ ਇਹਨਾਂ ਨੇ ਪੁੱਛਿਆ ਜੀ ਕਿ ਝੂਠ ਦੇ ਚਾਰੇ ਪਾਸੇ, ਝੂਠ ਦਾ ਚਾਰੇ ਪਾਸੇ ਬੋਲ ਵਾਲਾ ਹੈ। ਬਿਲਕੁਲ ਹੈ ਜੀ, ਤੁਹਾਡੇ ਹਿਸਾਬ ਨਾਲ ਸਭ ਤੋਂ ਵੱਧ ਝੂਠ ਕੌਣ ਬੋਲਦਾ ਇਹਦੇ ਬਾਰੇ? ਸਭ ਤੋਂ ਵੱਧ ਝੂਠ ਦਾ ਬੋਲਬਾਲਾ ਤਾਂ ਹੈਗਾ ਹੈਗਾ ਜੀ, ਝੂਠ ਤਾਂ ਸਾਰੇ ਹੀ ਬੋਲ ਜਾਂਦੇ। ਹੁਣ ਮੇਰਾ ਤਾਂ ਖਿਆਲ ਨਹੀਂ ਕੋਈ ਝੂਠ ਤੋਂ ਬਚਿਆ ਹੋਊਗਾ, ਪਰ ਊਂ ਗੱਲ ਕਰੀਏ ਜੇ ਝੂਠ ਦੀ ਅਤੇ ਪੰਜਾਬ ਦੀ ਗੱਲ ਕਰੀਏ, ਤਾਂ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਝੂਠ ਲੀਡਰ ਬੋਲਦੇ ਨੇ। ਔਰ ਝੂਠ ਦੇ ਕਹਿੰਦੇ ਪੈਰ ਨਹੀਂ ਹੁੰਦੇ, ਕਹਾਵਤ ਇਹ ਹੈ ਵੀ ਝੂਠ ਦੇ ਪੈਰ ਨਹੀਂ ਹੁੰਦੇ। ਮੈਨੂੰ ਇਹ ਲੱਗਦਾ ਝੂਠ ਦੇ ਕਈ 100 ਪੈਰ ਨੇ, ਹਜ਼ਾਰਾਂ ਹੀ ਪੈਰ ਨੇ ਝੂਠ ਦੇ, ਜਿੱਥੇ ਮਰਜ਼ੀ ਮਿੰਟ 'ਚ ਪਹੁੰਚ ਜਾਂਦਾ ਝੂਠ। ਅਸਲ ਝੂਠ ਦੀ ਆਦਤ ਸਾਨੂੰ ਸ਼ੁਰੂ ਤੋਂ ਪੈ ਜਾਂਦੀ ਹੈ, ਬੱਚਿਆਂ ਤੋਂ ਹੀ ਪੈ ਜਾਂਦੀ ਹੈ। ਘਰੇ ਜਦੋਂ ਅਸੀਂ ਕਹਿ ਦਿੰਦੇ ਵੀ ਕੋਈ ਬਾਹਰ ਆਇਆ ਤਾਂ ਉਹਨੂੰ ਕਹਿੰਦੇ ਵੀ ਡੈਡੀ ਘਰੇ ਨਹੀਂ ਹੈ, ਅਤੇ ਉਹ ਨਿਆਣਾ ਜਾ ਕੇ ਉਹਦੇ ਕਹਿੰਦਾ ਵੀ ਡੈਡੀ ਕਹਿੰਦੇ ਵੀ ਡੈਡੀ ਘਰੇ ਨਹੀਂ ਕਹਿੰਦੇ। ਜਾਂ ਅਸੀਂ ਕੋਈ ਕਿਸੇ ਨੇ ਪੈਸੇ ਪੂਸੇ ਲੈਣੇ ਹੋਣ, ਫੋਨ ਆ ਜਾਏ ਤਾਂ ਫਿਰ ਉੱਦਾਂ ਹੀ ਨਾ ਕਾਲਰ ਫੜ ਕੇ, ਕਈ ਵਾਰੀ ਐਂ ਕਾਲਰ ਫੜ ਕੇ ਮੂੰਹ 'ਚ ਪਾ ਕੇ, ਤਾਂ ਕੋਈ ਯਾਰ ਪੱਗ ਬੰਨ੍ਹ, ਤੈਨੂੰ ਬਾਅਦ 'ਚ ਫੋਨ ਕਰਨਾ ਮੇਰੇ ਅੱਗੇ, ਐਂ ਵੀ ਕਰਦੇ ਨੇ। ਪਰ ਉੱਦਾਂ ਗੱਲ ਕਰੀਏ ਤਾਂ ਝੂਠ ਜਿਹੜੇ ਲੀਡਰ ਬਹੁਤ ਬੋਲਦੇ ਨੇ। ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਝੂਠ ਮੇਰੇ ਖਿਆਲ ਘੱਟ ਬੋਲਿਆ ਜਾਂਦਾ, ਸਾਡੇ ਪੰਜਾਬੀ ਵੀ ਬਹੁਤ ਘੱਟ ਬੋਲਦੇ ਨੇ, ਲੀਡਰ ਤਾਂ ਬੋਲਦੇ ਨਹੀਂ ਹੈਗੇ, ਕਿਉਂਕਿ ਝੂਠ ਬੋਲਣ ਦੀ ਨੌਬਤ ਹੀ ਨਹੀਂ ਆਉਂਦੀ। ਝੂਠ ਤਾਂ ਬੰਦਾ ਕੋਈ ਤਾਂ ਜਾਊ ਨਾ, ਆਸੇ ਪਾਸੇ ਜਾਊ ਕਿਤੇ, ਤਾਂ ਆ ਕੇ ਝੂਠ ਬੋਲਣ ਗਿਆ, ਉੱਥੇ ਸੀ ਆਉਣਾ ਉੱਥੋਂ। ਪੰਜਾਬ ਦੇ ਵਿੱਚ ਬਹੁਤ ਚੱਲਦਾ, ਇੱਥੇ ਇੰਨਾ ਟਾਈਮ ਹੀ ਨਹੀਂ ਪਤਾ ਵੀ ਕੰਮ ਤੋਂ 9 ਵਜੇ ਜਾਣਾ, ਕੰਮ 'ਤੇ ਲੱਗਣ ਤਾਂ 9 ਵਜੇ ਘਰ ਆਉਣਾ, ਤਾਂ ਆ ਜਾਂਦਾ ਬੰਦਾ। ਕੋਈ ਝੂਠ ਬੋਲਦੀ ਕਿ ਨੌਬਤ ਆਉਂਦੀ ਨਹੀਂ, ਵੈਸੇ ਫਿਰ ਵੀ ਸਭ ਤੋਂ ਵੱਧ ਝੂਠ ਲੀਡਰ ਬੋਲਦੇ ਨੇ, ਲੀਡਰ। ਲਓ ਜੀ, ਅਜਮੇਰ ਸਿੰਘ ਢੱਟ ਸਾਹਿਬ ਫੇਅਰ ਫੀਲਡ ਤੋਂ ਇਹਨਾਂ ਨੇ ਸਵਾਲ ਜਿਹੜਾ ਪੁੱਛਿਆ, ਇਹ ਕਹਿੰਦੇ ਜੀ ਵੀ ਜੱਗੀ ਭਾਅ ਜੀ, ਜੇ ਦਰਖਤਾਂ ਨੂੰ ਪੈਸੇ ਲੱਗਣ ਲੱਗ ਜਾਣ ਤਾਂ ਕੀ ਮਾਹੌਲ ਹੋਊਗਾ, ਅਤੇ ਸਭ ਤੋਂ ਜ਼ਿਆਦਾ ਅਮੀਰ ਕੌਣ ਹੋਣਗੇ? ਸਭ ਤੋਂ ਜ਼ਿਆਦਾ ਅਮੀਰ ਹੋਣਗੇ ਬਾਂਦਰ, ਕਿਉਂਕਿ ਬਾਂਦਰਾਂ ਵਾਲੇ ਤਾਂ ਰਹਿਣੇ ਦਰਖਤਾਂ ਦੇ ਆ, ਠੀਕ ਹੈ ਜੀ। ਪਰ ਇਹੋ ਜਿਹੇ ਕਈਆਂ ਨੂੰ ਵਹਿਮ ਹੈ, ਜਦੋਂ ਬਾਹਰਲੇ ਮੁਲਕਾਂ 'ਚ ਅਸੀਂ ਆਉਂਦੇ ਹਾਂ ਤਾਂ ਪੰਜਾਬ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਨੂੰ, ਬਾਹਲਿਆਂ ਨੂੰ ਇਹ ਵਹਿਮ ਹੈ ਵੀ ਬਾਹਰ ਕੰਮ ਕੁੰਮ ਨਹੀਂ ਕਰਨਾ ਪੈਂਦਾ, ਦਰਖਤਾਂ ਨੂੰ ਪੈਸੇ ਲੱਗਦੇ ਆ, ਦਰਖਤਾਂ ਨੂੰ ਐਂ ਮਾੜਾ ਝਾੜੋ ਤਾਂ ਥੱਲੇ ਪੈਸੇ ਡਿੱਗ ਪੈਂਦੇ, ਤਾਂ ਇਕੱਠੇ ਕਰਕੇ ਤਾਂ ਆਪਣਾ ਐਸ਼ ਕਰੋ, ਐਂ ਲੱਗਦਾ। ਕੋਈ ਪਿਓ ਪੁੱਤ ਆ ਗਏ ਕਨੇਡਾ ਤੋਂ, ਕਨੇਡਾ ਏਅਰਪੋਰਟ 'ਤੇ ਸਮਾਨ ਸਮੂਹ ਪਹਿਲੀ ਵਾਰ ਆਏ ਸੀ, ਸਮਾਨ ਸਮੂਹ ਚੱਕਣ ਲੱਗੇ ਜਦੋਂ ਬੈਲਟ ਕੋਲ ਖੜ੍ਹੇ, ਤਾਂ ਉਹ ਕਿਸੇ ਦੇ $20 ਡਿੱਗੇ ਪਏ ਸੀ, ਕਿਸੇ ਦੇ ਹੋਣੇ ਗੋਰੇ ਦੇ ਪੰਜਾਬੀ ਦੇ, ਕਿਸੇ ਦੇ ਵੀ ਹੋਣਗੇ। ਮੁੰਡੇ ਨੇ ਬਾਪੂ ਨੂੰ ਕਿਹਾ ਵੀ ਬਾਪੂ ਚੱਕ ਲਵਾਂ ਇਹ $20। ਉਹ ਕਹਿੰਦਾ ਛੱਡ ਯਾਰ, ਕੱਲ੍ਹ ਤੋਂ ਇਹੀ ਕੰਮ ਕਰਨਾ, ਹੁਣ ਆ ਗਏ, ਹੁਣ ਆ ਹੀ ਕੰਮ ਕਰਨਾ, ਉਹਨੂੰ ਇਹ ਵੀ ਇੱਦਾਂ ਹੀ ਪਏ ਹੋਣੇ, ਇੱਦਾਂ ਹੀ ਚੱਕ ਲੈਣੇ ਉੱਥੋਂ। ਸੋ ਇਹ ਚੀਜ਼ ਹੈਗੀ ਵੀ ਦਰਖਤਾਂ ਨੂੰ ਪੈਸੇ ਲੱਗਣ ਦੀ ਜਿਹੜੀ ਕਹਾਵਤ ਹੈ ਉਹ ਇਹੀ ਹੈਗੀ ਹੈ। ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਗਲਤ ਫਹਿਮੀ ਹੋ ਜਾਂਦੀ ਹੈ ਕਿ ਇੱਥੇ ਸ਼ਾਇਦ ਦਰਖਤਾਂ ਨੂੰ ਪੈਸੇ ਲੱਗਦੇ, ਊਂ ਵੀ ਜਦੋਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਬਾਪੂ ਕੋਲੋਂ 10 ਰੁਪਏ ਮੰਗਲੇ ਦੇ ਹੁੰਦੇ ਗੇ, ਅਤੇ ਬਾਪੂ ਅੱਗੇ ਕਹਿੰਦਾ ਸੀ ਦਰਖਤਾਂ ਨੂੰ ਨਹੀਂ ਲੱਗਦੇ ਪੈਸੇ। ਤੀਜੇ ਦਿਨ ਸਾਡੇ ਇੱਕ ਮੁੰਡਾ ਦੋਸਤ ਆ, ਉਹਦਾ ਡੈਡੀ ਬੜਾ ਕਮਾਲ ਦਾ ਗੱਲ ਸੀ, ਉਹਨੇ ਕਿਹਾ ਵੀ ਡੈਡੀ ਪੈਸੇ ਦਿਓ, 50 ਰੁਪਏ ਲੈ ਗਿਆ ਮੰਗ ਕੇ, ਅਤੇ ਮਹੀਨੇ ਕੁ ਬਾਅਦ ਫੇਰ ਮੰਗੇ, ਡੈਡੀ 50 ਰੁਪਏ ਦਿਓ, ਲੋੜ ਪੈ ਗਈ। ਉਹ ਕਹਿੰਦਾ ਝੱਬ ਜਾ ਪੈਸੇ, ਉਹ ਅਜੇ ਪਿਛਲੇ ਮਹੀਨੇ 50 ਦਿੱਤੇ ਆ। ਸੋ ਇਹ ਵੀ ਗੱਲ ਹੋ ਜਾਂਦੀ ਹੈ। ਸੋ ਦਰਖਤਾਂ ਨੂੰ ਪੈਸੇ ਲੱਗਣ ਲੱਗ ਗਏ ਤਾਂ ਬਹੁਤ ਸਾਰੇ ਦਰਖਤ ਜਿਹੜੇ ਹੈਗੇ ਨੇ, ਜਿਹਨਾਂ ਜਿਹਨਾਂ ਨੂੰ ਪੈਸੇ ਲੱਗਦੇ ਹੋਣਗੇ, ਉਹ ਇਹਨਾਂ
ਲੀਡਰਾਂ ਨੇ ਲੈ ਲੈਣੇ, ਲੀਡਰਾਂ ਨੇ ਆਪਣਾ ਕਬਜ਼ਾ ਕਰ ਲੈਣਾ ਉਹਨਾਂ ਦੇ ਉੱਤੇ, ਗਾਂ ਦੀ ਗਾਂ ਠੇਕੇ 'ਤੇ ਦੇਣੇ, ਜਿਵੇਂ ਰੇਤਾ ਰੇਤ ਮਾਫੀਆ ਚੱਲਿਆ ਫਿਰ ਦਰੱਖਤ ਮਾਫੀਆ ਸ਼ੁਰੂ ਹੋ ਜਾਣਾ। ਚਲੋ ਖੈਰ, ਸਿਮਰਨ ਕੌਰ ਭੱਟੀ ਕਹਿੰਦੇ ਨੇ ਜੀ ਇਹ ਕਿੱਥੋਂ ਮਾਊਂਟਨ ਵਿਊ ਕੈਲੀਫੋਰਨੀਆ ਤੋਂ, ਇਹ ਕਹਿੰਦੇ ਨੇ ਜੀ ਤੁਹਾਡਾ ਭਰਾ ਬਿੱਕਰ ਸਾਡੇ ਸਟੋਰ 'ਤੇ ਆਇਆ ਸੀ, ਤੁਹਾਡੇ ਬਾਰੇ ਬਹੁਤ ਬੁਰਾ ਭਲਾ ਕਹਿ ਰਿਹਾ ਸੀ, ਅਤੇ ਤੁਸੀਂ ਵੀ ਪੰਜਾਬ ਪੁਲਿਸ ਦੀ ਕੋਈ ਖਾਸੀਅਤ ਦੱਸ ਹੀ ਦਿਓ। ਲਓ ਜੀ ਸਿਮਰਨ ਜੀ, ਇਹ ਬਿੱਕਰ ਦਾ ਕੰਮ ਹੀ ਇਹ ਹੈ ਜੀ, ਉਹ ਅਸਲ 'ਚ ਹੈ ਹੀ ਇੱਦਾਂ ਦਾ, ਉਹਨੂੰ ਪੁਲਿਸ ਵਾਲਾ ਤੁਹਾਨੂੰ ਪਤਾ ਹੀ ਹੈ ਕੀ ਆਦਤਾਂ ਹੁੰਦੀਆਂ। ਵੈਸੇ ਪੰਜਾਬ ਪੁਲਿਸ ਦੀ ਤੁਸੀਂ ਸਿਫਤ ਪੁੱਛੀ ਹੈ, ਅਤੇ ਵਿੱਚੇ ਬਿੱਕਰ ਵੀ ਆ ਗਿਆ। ਮੈਨੂੰ ਲੱਗਦਾ ਵੀ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਇੰਨੀ ਬਹਾਦਰ, ਦੁਨੀਆ ਦੀ ਪਹਿਲੀ ਪੁਲਿਸ ਇੰਨੀ ਬਹਾਦਰ ਹੈ ਜਿਹੜੀ ਨਹਿਰ 'ਚ ਨਹਾਉਂਦੇ ਭਈਏ ਨੂੰ, ਭਈਆ ਨਹਿਰ 'ਚ ਨਹਾ ਰਿਹਾ, ਕੱਪੜੇ ਉਹਦੇ ਬਾਹਰ ਪਏ ਆ ਕੰਢੇ 'ਤੇ, ਭਈਏ ਨੂੰ ਆਵਾਜ਼ ਮਾਰ ਕੇ ਬਾਹਰ ਕੱਢ ਕੇ, ਉਹ ਭਈਆ ਬਾਹਰ ਨਿਕਲੋ ਕੱਪੜੇ ਡਾਲੋ, ਹਮਨੇ ਤੁਹਾਡੀ ਤਲਾਸ਼ੀ ਲੈਣੀ ਹੈ, ਵੀ ਕੱਪੜੇ ਬਾਹਰ ਪਏ ਤਲਾਸ਼ੀ ਲੈ ਲਓ, ਤਲਾਸ਼ੀ ਜਿਹੜੀ ਦੇਣੀ ਹੈ। ਇਹ ਇੱਕੋ ਇੱਕ ਪੰਜਾਬ ਪੁਲਿਸ ਐਸੀ ਜਿਹੜੀ ਹੈਗੀ ਆ ਜਿਹੜੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ। ਅੱਜ ਕੱਲ੍ਹ ਤਾਂ ਬਹੁਤ ਸੁਧਾਰ ਹੋ ਗਿਆ, ਅੱਜ ਕੱਲ੍ਹ ਕਾਫੀ ਸੁਧਾਰ ਹੋ ਗਿਆ, ਮੁੰਡੇ ਪੜ੍ਹੇ ਲਿਖੇ ਆ ਗਏ ਬਹੁਤ ਚੰਗੇ, ਉਹ 20-50 ਦੇ ਚੱਕਰਾਂ 'ਚ ਨਹੀਂ ਪੈਂਦੇ। ਅਦਰਵਾਈਜ਼ ਪੁਲਿਸ ਦਾ ਜਿਹੜੀ ਰੈਪੂਟੇਸ਼ਨ ਹੈ ਉਹ ਤੁਹਾਨੂੰ ਪਤਾ ਹੀ ਹੈ, ਪੰਜਾਬ ਪੁਲਿਸ ਦੀ ਰੈਪੂਟੇਸ਼ਨ ਤਾਂ ਉਹ ਵੀ ਇੱਕ ਪੁਰਾਣੀ ਗੱਲ ਜਿਹੜੀ ਸੀ ਤੁਹਾਨੂੰ ਸੁਣਾਈ ਸੀ, ਪਹਿਲਾਂ ਵੀ ਸੁਣਾਈ ਹੋਣੀ ਆ, ਕਿ ਉਹ ਕਹਿੰਦੇ ਹਿਰਨ ਗਵਾਚ ਗਿਆ ਸੀ ਇੱਥੋਂ ਬਾਹਰਲੇ ਕਿਸੇ ਰਾਸ਼ਟਰਪਤੀ ਦਾ ਹਿਰਨ ਗਵਾਚ ਗਿਆ ਸੀ, ਅਤੇ ਉਹ ਲੱਭੇ ਲੱਭੇ ਜੰਗਲੇ ਲੱਭਿਆ ਨਹੀਂ, ਸਾਰੇ ਮੁਲਕਾਂ ਦੀਆਂ ਪੁਲਿਸਾਂ ਜਿਹੜੀਆਂ ਸੀ ਖੱਜਲ ਖੁਆਰ ਹੋ ਕੇ ਆ ਗਈਆਂ, ਨਹੀਂ ਮਿਲਿਆ। ਅਤੇ ਕਹਿੰਦੇ ਜੀ ਪੰਜਾਬ ਪੁਲਿਸ ਬੁਲਾ ਲਓ, ਪੰਜਾਬ ਪੁਲਿਸ ਬੜੀ ਕਹਿੰਦੇ ਬਹਾਦਰ ਹੁੰਦੀ ਹੈ। ਹਾਂਜੀ ਕਹਿੰਦੇ ਹੁੰਦੀ ਹੈ ਜੀ। ਫਿਰ ਪੰਜਾਬ ਪੁਲਿਸ ਜਿਹੜੀ ਸੀ ਉਹ ਆਈ, ਉਹ ਵੀ 10-15 ਦੇ ਜਦੋਂ ਨਾ ਮੁੜੀ, ਮਗਰ ਸਕਿਉਰਟੀ ਵਾਲੇ ਦੇਖਣ ਗਏ ਅਤੇ ਉਹਨਾਂ ਨੇ ਜੰਗਲ ਦੇ ਵਿੱਚ ਇੱਕ ਬਾਂਦਰ ਨੂੰ ਪੁੱਠਾ ਟੰਗਿਆ ਹੋਇਆ ਦਰਖਤ ਦੇ ਨਾਲ, ਅਤੇ ਉਹਦੇ ਪੱਟੇ ਚਾੜ ਰਹੇ ਨੇ, ਅਤੇ ਉਹਨੂੰ ਕਹਿੰਦੇ ਵੀ ਕਹਿ ਮੈਂ ਹਿਰਨਾ, ਕਹਿ ਮੈਂ ਹਿਰਨਾ, ਅਤੇ ਉਹ ਕਹਿ ਰਿਹਾ ਸੀ ਮੇਰੇ ਕੋਲ ਜਿੱਥੇ ਮਰਜ਼ੀ ਘਾ ਲਓ, ਜਿੱਥੇ ਮਰਜ਼ੀ ਲਿਖਾ ਲਓ, ਮੈਂ ਹਿਰਨਾ। ਸੋ ਇਹ ਪੰਜਾਬ ਪੁਲਿਸ ਦੀਆਂ ਗੱਲਾਂ ਸ਼ੁਰੂ ਕਰਦੀਆਂ, ਪੰਜਾਬ ਪੁਲਿਸ ਦੀਆਂ ਗੱਲਾਂ ਤਾਂ 20 ਸਾਲ ਨਹੀਂ ਮੁੱਕਣੀਆਂ, ਤੁਹਾਨੂੰ ਪਤਾ ਹੀ ਹੈ ਪੰਜਾਬ ਪੁਲਿਸ ਦੀ, ਮਤਲਬ ਅਸੀਂ ਜਿਹੜੀਆਂ ਸਾਡੀਆਂ ਕੈਸਟਾਂ ਆਉਂਦੀਆਂ ਜਾਂ ਅਸੀਂ ਰੋਟੀ ਖਾਂਦੇ, ਮਤਲਬ ਕੈਸਟਾਂ ਆਉਂਦੀਆਂ ਅਤੇ ਪੈਸੇ ਆਉਂਦੇ, ਪੈਸੇ ਆਉਂਦੇ ਅਤੇ ਰੋਟੀ ਖਾਂਦੇ ਹਾਂ, ਉਹਦੇ 'ਚ ਕਾਫੀ ਯੋਗਦਾਨ ਜਿਹੜਾ, ਕਾਫੀ ਜਿਹੜੇ ਯੋਗ ਪਾਉਂਦੇ ਨੇ ਯੋਗਦਾਨ ਉਹ ਪੁਲਿਸ ਵਾਲੇ ਅਤੇ ਪੰਜਾਬ ਦੇ ਲੀਡਰ ਜਿਹੜੇ, ਇਉਂ ਕਹਿ ਲਈਏ ਵੀ ਅਸੀਂ ਪੁਲਿਸ ਵਾਲੇ ਅਤੇ ਪੰਜਾਬ ਦੇ ਲੀਡਰਾਂ ਦੀ ਖੱਟੀ ਖਾਂਦੇ ਸੀਗੇ ਕੈਸਟਾਂ ਦੇ ਵਿੱਚ, ਤਾਂ ਕੋਈ ਵੱਡੀ ਗੱਲ ਜਿਹੜੀ ਉਹ ਨਹੀਂ ਹੋਏਗੀ। ਲਓ ਜੀ, ਇੱਕ ਗੁਰਮੀਤ ਸਿੰਘ ਵਸੇਲੀਆ ਤੋਂ ਇਹਨਾਂ ਨੇ ਪੁੱਛਿਆ ਸਵਾਲ, ਵਸੇਲੀਆ ਤੋਂ, ਇਹ ਕਹਿੰਦੇ ਜਦੋਂ ਇੰਡੀਆ ਜਾਈਏ ਤਾਂ ਇੱਕ ਸਾਡਾ ਗਵਾਂਢੀ ਬਹੁਤ ਤੰਗ ਕਰਦਾ, ਇਹ ਖੱਬੇ ਪਾਸੇ ਵਾਲੇ ਗਵਾਂਢੀ ਜਿਹੜੇ ਉਹ ਬਹੁਤ ਤੰਗ ਕਰਦੇ ਨੇ, ਉਹ ਸਾਡੇ ਘਰ ਹੀ ਆ ਕੇ ਬੈਠੇ ਰਹਿੰਦੇ ਨੇ, ਸਾਨੂੰ ਕੋਈ ਕੰਮ ਨਹੀਂ ਕਰਨ ਦਿੰਦੇ, ਸਾਨੂੰ ਕੋਈ ਆਪਣੀ ਆਪ ਘਰ ਦੇ ਵਿੱਚ ਬਹਿਣ ਉੱਠਣ ਨਹੀਂ ਦਿੰਦੇ ਚੱਜ ਨਾਲ, ਅਸੀਂ ਕੀ ਕਰੀਏ। ਸਭ ਤੋਂ ਵਧੀਆ ਤਰੀਕਾ ਜੀ, ਸਭ ਤੋਂ ਵਧੀਆ ਤਰੀਕਾ ਹੈ, ਗਵਾਂਢੀ ਨੂੰ ਸਿਆਣਿਆਂ ਨੇ ਦੱਸੀਆਂ ਗੱਲਾਂ, ਇਹ ਗਵਾਂਢੀ ਅਗਰ ਤੰਗ ਕਰਦਾ ਹੋਵੇ ਤਾਂ ਉਹਨੂੰ ਪੈਸੇ ਉਧਾਰੇ ਦੇ ਦਿਓ। ਹੁਣ ਤੁਹਾਡੇ ਘਰ ਬੈਠਾ ਰਹਿੰਦਾ, ਆ ਕੇ ਪੈਸੇ ਉਧਾਰੇ ਦੇ ਦਿਓ, ਮੁੜ ਕੇ ਆਪਦੇ ਘਰ ਵੀ ਪਿਛਲੀ ਪਰਲੀ ਗਲੀ ਤੁਹਾਡੀ ਆਇਆ ਕਰੂਗਾ, ਆਪਦੇ ਘਰ ਵੀ ਉਹਨੇ ਵੜਨਾ ਨਾ, ਤਾਂ ਸਿੱਧਾ ਆਪਦੇ ਘਰ ਨਹੀਂ ਆਇਆ ਕਰੂ, ਪਰਲੀ ਗਲੀ ਤੁਹਾਡੀ ਆਇਆ ਕਰੂ। ਸੋ ਸਭ ਤੋਂ ਵਧੀਆ ਤਰੀਕਾ ਗਵਾਂਢੀ ਨੂੰ ਜਾਂ ਜਿਹੜਾ ਰਿਸ਼ਤੇਦਾਰ ਕੋਈ ਤੰਗ ਕਰਦਾ, ਜ਼ਿਆਦਾ ਬੋਦਰ ਕਰਦਾ, ਕੰਮ ਨਹੀਂ ਕਰਨ ਦਿੰਦਾ, ਉਹਨੂੰ ਪੈਸੇ ਉਧਾਰੇ ਦੇ ਦਿਓ, ਮੁੜ ਕੇ ਤੰਗ ਕਰਨਾ ਦੂਰ ਹੈ, ਮੁੜ ਕੇ ਸ਼ਕਲ ਦਿਖਾ ਗਿਆ ਤੁਹਾਨੂੰ ਤਾਂ ਕਹਿ ਦਿਓ। ਚਲੋ ਖੈਰ, ਇੱਕ ਹੋਰ ਸਵਾਲ ਜਿਹੜਾ ਉਹ ਪੜ੍ਹ ਲੈਂਦੇ, ਜੈਸਮੀਨ ਕੌਰ ਸਿਆਟਲ ਤੋਂ ਇਹਨਾਂ ਨੇ ਪੁੱਛਿਆ ਹੈਗਾ ਕਿ ਹਾਂ, ਪੈਸਾ ਆਉਣ ਤੋਂ ਬਾਅਦ ਰਿਸ਼ਤੇਦਾਰ ਅੱਖਾਂ ਕਿਉਂ ਫੇਰ ਜਾਂਦੇ ਹਨ? ਅੱਖਾਂ ਇਸ ਕਰਕੇ ਫੇਰ ਜਾਂਦੇ ਜੀ ਕਿਉਂਕਿ ਉਹਨਾਂ ਦਾ ਦਿਮਾਗ ਫਿਰ ਜਾਂਦਾ ਹੈ, ਪੈਸਾ ਆ ਜਾਏ, ਸ਼ੌਹਰਤ ਆ ਜਾਏ ਅਤੇ ਬੰਦੇ ਦਾ ਦਿਮਾਗ ਹਿੱਲ ਜਾਂਦਾ, ਵੈਸੇ ਹੀ ਹਿੱਲ ਜਾਂਦਾ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਪਰ ਇਹ ਸਾਰਿਆਂ 'ਤੇ ਲਾਗੂ ਨਹੀਂ ਹੁੰਦੀ, ਬਹੁਤ ਸਾਰੇ ਲੋਕ ਨਹੀਂ ਅੱਖਾਂ ਫੇਰਦੇ, ਬਹੁਤ ਸਾਰੇ ਲੋਕ ਹੈਲਪਫੁੱਲ ਵੀ ਹੁੰਦੇ ਨੇ, ਦੇਖੋ ਮੈਂ ਜਮ੍ਹਾਂ ਨਹੀਂ ਅੱਖਾਂ ਫੇਰੀਆਂ ਪਰ ਕਿਉਂਕਿ ਮੇਰੇ ਕੋਲ ਪੈਸਾ ਹੀ ਨਹੀਂ ਆਇਆ, ਮੈਂ ਅੱਖਾਂ ਕਰਨਾ ਫੇਰਨੀਆਂ, ਪੈਸਾ ਆਊ ਤਾਂ ਪਤਾ ਲੱਗੂ ਵੀ ਅੱਖਾਂ ਕਿਉਂ ਫੇਰਦੇ ਨੇ, ਪੈਸਾ ਪੁਸਾ ਜਦੋਂ ਵਾਹਵਾ ਆ ਗਿਆ ਫਿਰ ਮੈਂ ਦੇਖੂੰਗਾ ਜਦੋਂ ਮੈਂ ਅੱਖਾਂ ਐਂ ਫਿਰ ਗਈਆਂ ਕਿੱਧਰ ਫਿਰਦੀਆਂ। ਚਲੋ ਖੈਰ, ਵੈਸੇ ਇਹ ਗੱਲਾਂ ਬਣੀਆਂ ਹੋਈਆਂ ਨੇ ਕਿ ਰਿਸ਼ਤੇਦਾਰ ਦੋਸਤ ਮਿੱਤਰ ਮਿਲਣ ਨੂੰ ਘੱਟ ਜਾਂਦੇ ਨੇ, ਦੂਰੀ ਬਣਾ ਲੈਂਦੇ ਨੇ, ਸਿੱਧੇ ਲੱਗ ਜਾਂਦੇ ਦੂਰੀ ਬਣਾ ਲੈਂਦੇ ਨੇ ਗਰੀਬ ਰਿਸ਼ਤੇਦਾਰਾਂ ਦੇ ਕੋਲੋਂ। ਇੱਕ ਤਾਂ ਇਹ ਹੋ ਸਕਦਾ ਵੀ ਇਹ ਸਾਡੇ ਕੋਲੋਂ ਪੈਸੇ ਨਾ ਮੰਗ ਲਏ ਕਿਤੇ, ਤਾਂ ਦੂਰ ਰਹਿੰਦੇ ਹੋਣੇ ਆ, ਇਹ ਤਾਂ ਇਹ ਹਾਲ ਹੋ ਜਾਂਦਾ। ਹੁਣ ਗਰੀਬ ਰਿਸ਼ਤੇਦਾਰ ਮੇਰੇ ਜਿਹੜਾ ਸਕੂਟਰ 'ਤੇ ਜਾਂਦਾ ਹੋਵੇ ਉੱਥੇ ਲਾਈਟਾਂ 'ਤੇ, ਪੰਜਾਬ ਦੇ ਵਿੱਚ ਲਾਈਟਾਂ 'ਤੇ, ਕੋਈ ਅਮੀਰ ਰਿਸ਼ਤੇਦਾਰ ਕਾਰ 'ਚ ਲੰਘ ਰਿਹਾ, ਕੋਲ ਦੇ ਵੱਡੀ ਖੜ੍ਹੀ ਕਾਰ ਲਾਈਟਾਂ ਹੋਈਆਂ ਅਤੇ ਕਾਰ ਖੜ੍ਹੀ ਹੈ, ਅਤੇ ਗਰੀਬ ਮੇਰੇ ਰਿਸ਼ਤੇਦਾਰ ਹੱਥ ਲਾਉਂਦਾ ਤੋ ਅੱਗੇ ਉਹ ਦੂਰੋਂ ਇਹਦਾ ਵੀ ਨਹੀਂ ਜਵਾਬ ਦਿੰਦੇ, ਪਤਾ ਨਹੀਂ ਕਿਉਂ, ਵੀ ਉਹ ਹੱਥ ਦਾ ਜਵਾਬ ਦੇ ਦਿਉ, ਬਾਅਦ 'ਚ ਕਿਤੇ ਮਿਲਦੇ ਜਦੋਂ ਕਿ ਵਿਆਹ ਸ਼ਾਦੀ 'ਤੇ
ਭਾਅ ਜੀ ਮੈਂ ਤੁਸੀਂ ਉਦੋਂ ਸੀਗੇ ਅਤੇ ਮੈਂ ਤੁਹਾਨੂੰ ਬੁਲਾਇਆ, ਤੁਸੀਂ ਬੋਲੇ ਨਹੀਂ। ਉਹ ਅੱਛਾ ਤੂੰ ਸੀ ਉਹ? ਮੈਂ ਯਾਰ ਧਿਆਨ ਨਹੀਂ ਦਿੱਤਾ। ਅੱਛਾ ਅੱਛਾ ਸੋਰੀ ਸੋਰੀ ਸੋਰੀ। ਇਹੋ ਜਿਹਾ ਹਾਲ ਹੈਗਾ ਅੱਖਾਂ ਫੇਰ ਦੀ ਗੱਲ ਜਿਹੜੀ ਕਰਦੇ ਹਾਂ। ਚਲੋ ਖੈਰ, ਬ੍ਰੇਕ ਤੋਂ ਬਾਅਦ ਫਿਰ ਆਪਾਂ ਵਿਸ਼ੇ ਵੱਲ ਚੱਲਾਂਗੇ ਜੀ। ਵਿਸ਼ਾ ਵੀ ਅੱਜ ਦਾ ਸੋਸ਼ਲ ਗੱਲਾਂ ਬਾਤਾਂ ਜਿਵੇਂ ਆਪਾਂ ਕਰੀ ਦੀਆਂ ਉਹੀ ਹੈਗਾ, ਔਰ ਚੰਗਾ ਲੱਗਦਾ ਜਦੋਂ ਤੁਸੀਂ ਇਹਦੇ 'ਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਪੇਸ਼ ਕਰਦੇ ਹੋ। ਵਿਚਾਰ, ਕਿਉਂਕਿ ਵਿਚਾਰ ਪੇਸ਼ ਕਰਨ ਦੇ ਨਾਲ ਕਈ ਸਾਂਝਾਂ ਜੁੜ ਜਾਂਦੀਆਂ, ਕਈ ਯਾਦਾਂ ਜੁੜ ਜਾਂਦੀਆਂ, ਯਾਦਾਂ ਤਾਜ਼ਾ ਹੋ ਜਾਂਦੀਆਂ ਕਈ ਜਦੋਂ ਅਸੀਂ ਗੱਲ ਕਰਦੇ ਹਾਂ। ਸੋ ਅੱਜ ਕੱਲ੍ਹ ਉਹ ਰੀਤੀ ਰਿਵਾਜ਼ ਜਿਹੜੇ ਨਹੀਂ ਰਹੇ ਵਿਆਹਾਂ ਦੇ ਵਿੱਚ, ਜਾਂ ਜੋ ਪਹਿਲੇ ਸਮੇਂ ਦੇ ਵਿੱਚ ਸੋਚ ਹੁੰਦੀ ਸੀ ਉਹ ਨਹੀਂ ਰਹੀ। ਸਮਾਂ ਬਦਲ ਗਿਆ, ਸਭ ਕੁਝ ਬਦਲ ਗਿਆ। ਕੀ ਬਦਲਿਆ, ਕਿਵੇਂ ਬਦਲਿਆ ਅਤੇ ਕਿਉਂ ਬਦਲਿਆ, ਇਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੈ ਪ੍ਰੋਗਰਾਮ ਲੈ ਕੇ, ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਨੰਬਰ ਸਕਰੀਨ 'ਤੇ ਆ ਰਿਹਾ ਹੋਏਗਾ, ਡਾਇਲ ਕਰਕੇ ਕਾਲ ਕਰ ਸਕਦੇ ਹੋ ਰੋਜ਼ ਦੀ ਤਰ੍ਹਾਂ, ਅਤੇ ਕਾਲ ਕਰਕੇ ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵਿੱਚ ਜਿਹੜਾ ਨਾਲ ਸ਼ਾਮਿਲ ਹੋ ਸਕਦੇ ਹੁੰਦੇ ਹਾਂ। ਵਿਆਹਾਂ ਦੀ ਗੱਲਬਾਤ ਕਰੀ ਦੀ ਅੱਜ ਦਾ ਦਿਨ, ਪਤੀ ਪਤਨੀ ਦੀ ਖਾਸ ਤੌਰ 'ਤੇ ਗੱਲਬਾਤ ਕਰੀ ਦੀ ਅੱਜ ਦਾ ਦਿਨ। ਔਰ ਜਦੋਂ ਪਤੀ ਪਤਨੀ ਦਾ ਨਾਮ ਹੀ ਲੈਂਦੇ ਤਾਂ ਉਦੋਂ ਹੀ ਸਮਾਈਲ ਜਿਹੜੀ ਚਿਹਰੇ 'ਤੇ ਆ ਜਾਂਦੀ ਹੈ, ਪਤਾ ਨਹੀਂ ਕਿਉਂ। ਹਾਲਾਂਕਿ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ, ਕਿਤੇ ਕਿਤੇ ਘਰਾਂ 'ਚ ਹੁੰਦੀ ਉਹ ਮਾੜੀ ਮੋਟੀ, ਚਲੋ ਇੱਦਾਂ ਐਸੀ ਗੱਲ ਨਹੀਂ, ਹੋਣੀ ਵੀ ਚਾਹੀਦੀ ਹੈ, ਪਰ ਜ਼ਿਆਦਾ ਇੰਨੀ ਨਹੀਂ ਹੁੰਦੀ ਜਿੰਨੇ ਜੋਕ ਬਣੇ ਹੋਏ ਨੇ। ਚੁਟਕਲੇ ਤਾਂ ਇਸ ਹਿਸਾਬ ਦੇ ਬਣੇ ਨੇ ਵੀ ਜਿਵੇਂ ਪਤੀ ਪਤਨੀ ਨਹੀਂ ਹੁੰਦੇ, ਪਾਕਿਸਤਾਨ ਅਤੇ ਹਿੰਦੁਸਤਾਨ ਹੁੰਦੇ ਤਾਂ ਕਸ਼ਮੀਰ ਮੁੱਦੇ 'ਤੇ ਲੜ ਰਹੇ ਹੁੰਦੇ। ਚੁਟਕਲੇ ਇੱਦਾਂ ਦੇ ਬਣੇ ਨੇ, ਮੈਨੂੰ ਹੁਣ ਤਾਜ਼ਾ ਤਾਜ਼ਾ ਕਿਸੇ ਨੇ ਭੇਜਿਆ, ਕਹਿੰਦੇ ਵੀ ਜੇ ਕਿਸੇ ਦੀ ਸ਼ਕਲ ਮਿਲਦੀ ਹੋਵੇ, ਜਿਨ੍ਹਾਂ ਦੀ ਸ਼ਕਲ ਆਪਸ 'ਚ ਮਿਲਦੀ ਹੈ ਦੋ ਬੰਦਿਆਂ ਦੀ ਜਾਂ ਦੋ ਮੁੰਡੇ ਕੁੜੀ ਦੀ, ਤਾਂ ਉਹ ਭੈਣ ਭਰਾ ਜੇ ਸ਼ਕਲ ਮਿਲਦੀ ਹੋਵੇ, ਜੇ ਅਕਲ ਮਿਲਦੀ ਹੋਵੇ ਤਾਂ ਉਹ ਦੋਨੋਂ ਵਧੀਆ ਦੋਸਤ ਹੋਣਗੇ। ਅਤੇ ਕਹਿੰਦੇ ਵੀ ਜੇ ਨਾ ਜਿਹਦੀ ਸ਼ਕਲ ਮਿਲਦੀ ਹੋਵੇ, ਨਾ ਜਿਹਦੀ ਅਕਲ ਮਿਲਦੀ ਹੋਵੇ, ਉਹ ਫਿਰ ਪਤੀ ਪਤਨੀ ਹੁੰਦੇ ਨੇ। ਅੱਛਾ, ਪਤੀ ਪਤਨੀ ਵਿਆਹ ਇੱਕ ਐਸੀ ਚੀਜ਼ ਹੈ ਕਿ ਵਿਆਹ ਜਦੋਂ ਨਹੀਂ ਹੋਇਆ ਹੁੰਦਾ ਤਾਂ ਬੰਦਾ ਸੋਚਦਾ ਵਿਆਹ ਕਰਾਈਏ, ਕਿਸ ਤਰ੍ਹਾਂ ਵਿਆਹ ਕਰਾਈਏ। ਹੁਣ ਅੱਜ ਕੱਲ੍ਹ ਤਾਂ ਚਲੋ ਸਿਸਟਮ ਚੇਂਜ ਹੋ ਗਿਆ, ਅੱਧਿਓਂ ਵੱਧ ਵਿਆਹ ਤਾਂ ਸੋਸ਼ਲ ਮੀਡੀਆ 'ਤੇ ਹੋ ਜਾਂਦੇ ਆ, ਅਤੇ ਤਕਰੀਬਨ ਤਕਰੀਬਨ ਤਲਾਕ ਲੋਕ ਵੀ ਸੋਸ਼ਲ ਮੀਡੀਆ 'ਤੇ ਹੋ ਜਾਂਦੇ ਆ। ਅਤੇ ਪਹਿਲੇ ਸਮਿਆਂ ਦੇ ਵਿੱਚ ਬੜਾ ਔਖਾ ਹੁੰਦਾ ਸੀ, ਪਿੰਡਾਂ ਦੇ ਵਿੱਚ ਕਈ ਕਈ ਭਰਾ ਹੁੰਦੇ ਸੀਗੇ, ਅਤੇ ਫਿਰ ਕਈਆਂ ਨੂੰ ਬੜਾ ਔਖਾ ਹੁੰਦਾ ਸੀ ਵਿਆਹ ਦਾ, ਅਤੇ ਫਿਰ ਵਿਆਹ ਉਹਨੂੰ ਕਰਾਉਣ ਵਾਸਤੇ ਕਈ ਹੀਲੇ ਹੁਜਤੇ ਕਰਨੇ ਪੈਂਦੇ ਸੀ। ਅਤੇ ਫਿਰ ਇੱਕ ਵਾਰੀ ਇਹ ਵੀ ਰਿਵਾਜ਼ ਚੱਲਿਆ ਸੀ, ਕੁਦੇਸਣ ਕਹਿੰਦੇ ਸੀ ਉਹਨੂੰ, ਕੁਦੇਸਣ ਕਿ ਕੁਦੇਸਣ ਲੈ ਕੇ ਆਏ, ਫਿਰ ਉਹ ਲੈ ਕੇ ਆਉਂਦੇ ਯੂਪੀ ਵਗੈਰਾ ਜਾਂ ਕੁਛ ਇਹੋ ਜਿਹਾ ਸਿਸਟਮ ਹੁੰਦਾ ਸੀ। ਚਲੋ ਖੈਰ, ਵਿਆਹ ਜ਼ਰੂਰੀ ਵੀ ਹੈ, ਅਤੇ ਉਦੋਂ ਬਾਅਦ ਵਿਆਹ ਤੋਂ ਬਾਅਦ ਆਹ ਸਾਰਾ ਕੁਛ ਵੀ ਕਹਿੰਦੇ ਹੁੰਦਾ, ਮਤਲਬ ਕਹਿੰਦੇ ਆ, ਮੈਨੂੰ ਤਾਂ ਬਾਹਲਾ ਪਤਾ ਨਹੀਂ ਉੱਦਾਂ ਵੀ ਇਹੋ ਜਿਹਾ ਪੰਗਾ ਹੁੰਦਾ। ਪਰ ਇਹ ਵਿਆਹ ਦੀ ਜੇ ਗੱਲ ਕਰੀਏ ਤਾਂ ਵਿਆਹ ਦਾ ਇੱਕ ਟਾਈਮ ਜੇ ਪਹਿਲੇ ਸਮਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਪਹਿਲੇ ਸਮਿਆਂ ਦੇ ਵਿੱਚ ਵਿਆਹ ਕਢਾਏ ਜਾਂਦੇ ਹੁੰਦੇ ਸੀਗੇ ਤਕਰੀਬਨ। ਅੱਜ ਕੱਲ੍ਹ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਹੈ ਇਹੋ ਜਿਹੀ ਗੱਲ, ਕੋਈ ਵੀ ਕੰਮ ਕਰਨਾ ਉਹ ਕਢਵਾਇਆ ਜਾਂਦਾ ਪਹਿਲਾਂ ਪੰਡਿਤ ਜੀ ਕੋਲੋਂ, ਜਾਂ ਕਿਤੇ ਵੀ ਕੁਛ ਗੁਰੂ ਘਰ ਦੀ ਜੰਤਰੀ 'ਚੋਂ ਜਾ ਕੇ ਵੀ ਕਢਵਾਉਂਦੇ ਨੇ, ਦਿਨ ਸੁੱਧ ਕੋਈ ਹੋਣਾ ਰੱਖਣਾ ਹੁੰਦਾ ਵਿਆਹ ਸ਼ਾਦੀ ਦਾ। ਅਤੇ ਕਾਫੀ ਪ੍ਰੋਸੀਜਰ ਤੋਂ ਬਾਅਦ ਫਿਰ ਵਿਆਹ ਉਦੋਂ ਰੱਖ ਦਿੱਤਾ ਜਾਂਦਾ ਸੀਗਾ, ਅਤੇ ਉਦੋਂ ਬਾਅਦ ਕੰਮ ਕਾਰ ਚੱਲਦਾ ਰਹਿੰਦਾ ਸੀਗਾ। ਫਿਰ ਉਦੋਂ ਬਾਅਦ ਜਿਹੜਾ ਸਮਾਂ ਆਇਆ ਅਤੇ ਸਮਾਂ ਚੇਂਜ ਹੋ ਗਿਆ, ਅਤੇ ਇਹ ਵਿਆਹ ਦਾ ਦੇਖ ਕੇ ਰੱਖਣ ਲੱਗ ਪਿਆ, ਚਲੋ ਰੱਖ ਲਓ, ਕੋਈ ਨਹੀਂ ਜਦੋਂ ਸੂਤ ਲੱਗਦਾ ਉਦੋਂ ਰੱਖ ਦਿਓ, ਜਦੋਂ ਮੁੰਡੇ ਨੇ ਛੁੱਟੀ ਆਉਣਾ ਉਦੋਂ ਰੱਖ ਲਓ, ਜਦੋਂ ਫੌਜੀ ਨੇ ਛੁੱਟੀ ਆਉਣਾ ਉਦੋਂ ਰੱਖ ਲਓ। ਫਿਰ ਹੁਣ ਵਿਆਹਾਂ ਦਾ ਜਿਹੜਾ ਰਿਵਾਜ਼ ਆ ਗਿਆ ਤਕਰੀਬਨ ਤਾਂ ਪੰਜਾਬ ਦੇ ਵਿੱਚ ਵੀ, ਅਤੇ ਬਾਹਰਲੇ ਮੁਲਕਾਂ ਦੇ ਵਿੱਚ ਹੈਗਾ, ਬਾਹਰਲੇ ਮੁਲਕਾਂ ਦੇ ਵਿੱਚ ਤਾਂ ਵਿਆਹਾਂ ਦਾ ਛੱਡੋ, ਬਾਹਰਲੇ ਮੁਲਕਾਂ ਦੇ ਵਿੱਚ ਤਾਂ ਬਜ਼ੁਰਗ ਜੇ ਪੂਰੇ ਹੋ ਜਾਂਦਾ, ਕੋਈ ਬਜ਼ੁਰਗ ਪੂਰਾ ਹੋ ਜਾਂਦਾ, ਅਤੇ ਉਹ ਵੀ ਵੀਕਐਂਡ 'ਤੇ ਹੀ ਉਹਦਾ ਫਿਰ ਸੰਸਕਾਰ ਜਿਹੜਾ ਕਰਦੇ ਨੇ ਉਹਨੂੰ ਜੋ ਕਰਨਾ ਉਸ ਵੀਕਐਂਡ 'ਤੇ ਹੀ ਹੁੰਦਾ, ਚਾਹੇ ਸੋਮਵਾਰ ਬਜ਼ੁਰਗ ਪੂਰੇ ਹੋਏ ਕੋਈ, ਤਾਂ ਉਹ ਫਿਰ ਵੀਕਐਂਡ ਦਾ ਹੀ ਜਿਹੜਾ ਇਸ਼ਤਿਹਾਰ ਹੁੰਦਾ ਉਹ ਹੀ ਹੁੰਦਾ ਵੀ ਇੰਨੀ ਤਰੀਕ ਨੂੰ 9 ਵਜੇ ਸੰਸਕਾਰ, ਅਤੇ ਉਦੋਂ ਇੰਨੇ ਬਾਅਦ ਅਰਦਾਸ। ਵਿਆਹਾਂ ਦੀ ਆਪਾਂ ਗੱਲ ਕਰ ਰਹੇ ਸੀ, ਉਦੋਂ ਬਾਅਦ ਅੱਜ ਕੱਲ੍ਹ ਪੂਰਾ ਰਿਵਾਜ਼ ਇਹ ਆ ਗਿਆ ਕਿ ਵੀਕਐਂਡ ਜਦੋਂ ਹੈਗਾ ਤਾਂ ਚਲੋ ਵਿਆਹ ਰੱਖ ਲਓ। ਪਰ ਪਹਿਲੇ ਸਮਿਆਂ ਦੇ ਵਿੱਚ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਵਿਆਹ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਰੱਖੇ ਜਾਂਦੇ ਸੀਗੇ। ਮੈਂ ਤਾਂ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਲੋਕ ਵਿਆਹ ਜਿਹੜਾ ਮੱਘਰ ਦਾ ਰੱਖਦੇ, ਮੱਘਰ ਮਹੀਨਾ ਚੱਲ ਰਿਹਾ ਹੁਣ, ਦਸੰਬਰ ਦਾ ਮਹੀਨਾ ਮੱਘਰ ਦਾ ਤਕਰੀਬਨ ਚੱਲ ਰਿਹਾ, ਅੱਧ ਤੋਂ ਵੱਧ ਵਿਰਖਲ ਹੋ ਗਿਆ ਮੱਘਰ। ਮੱਘਰ, ਪੋਹ, ਮਾਘ, ਅੱਸੂ, ਕੱਤਾ, ਇਹ ਜਿਹੜੇ ਸਾਰੇ ਹੈਗੇ ਨੇ ਪਹਿਲਾਂ ਦਿਨ ਦੇਸੀ ਹੈਗੇ ਨੇ, ਮਹੀਨੇ ਦੇਸੀ ਹੈਗੇ ਨੇ, ਉਹਨਾਂ ਦੇ ਹਿਸਾਬ ਨਾਲ ਵਿਆਹ ਹੁੰਦਾ ਸੀਗਾ ਵੀ ਇਸ ਕੁ ਮਹੀਨੇ ਰੱਖ ਲਓ, ਜਿਨ੍ਹਾਂ ਨੇ ਕਢਾਉਣਾ ਨਹੀਂ ਹੁੰਦਾ ਸੀਗਾ, ਅਤੇ ਵਿਆਹ ਕੱਢਣ ਵਾਲੇ ਵੀ ਉਹਨਾਂ ਮਹੀਨਿਆਂ ਰੱਖਦੇ ਹੁੰਦੇ ਸੀਗੇ ਤਕਰੀਬਨ।
ਪਰ ਇੱਕ ਮੱਘਰ ਦੇ ਮਹੀਨੇ ਬਾਰੇ, ਵਿਆਹ ਬਾਰੇ ਖਾਸ ਧਾਰਨਾਵਾਂ ਹੈਗੀਆਂ। ਮੱਘਰ ਦੇ ਮਹੀਨੇ ਵੀ ਵਿਆਹ, ਮੱਘਰ ਦੇ ਮਹੀਨੇ ਕਰੋ। ਵੈਸੇ ਮੱਘਰ ਦਾ ਮਹੀਨੇ ਦੀ ਗੱਲ ਕਰੀਏ ਤਾਂ ਕਹਿੰਦੇ ਮੱਘਰ ਚੜ੍ਹਿਆ ਚੜ੍ਹ ਗਈ ਠੰਡ, ਸਭ ਦੇ ਵੱਜਣ ਲੱਗ ਗਏ ਦੰਦ, ਲਾ ਭੇਡਾਂ ਦੀ ਉੱਨ, ਸੇਠਾਂ ਸਵੈਟਰ ਦਿੱਤੇ ਬੁਣ, ਅਸੀਂ ਮੁਰਮਰੇ ਭਰਾਣੇ 'ਚ ਅੱਗੇ ਕੌਲਾਂ ਦੇ ਸਵਾਣੇ, ਰਲਾਏ ਲੋਕਾਂ ਮੇਵੇ ਸੁੱਕੇ ਅਤੇ ਅਸੀਂ ਤਿਲ ਹੀ ਲੈ ਕੇ ਕੁੱਟੇ। ਮੱਘਰ ਮਹੀਨੇ ਬਾਰੇ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਧਾਰਨਾਵਾਂ ਜਿਹੜੀਆਂ ਉਹ ਬਣੀਆਂ ਹੋਈਆਂ। ਮੱਘਰ ਦੇ ਮਹੀਨੇ ਠੰਡ ਤਕਰੀਬਨ ਹੋ ਜਾਂਦੀ ਹੈ, ਪੰਜਾਬ ਦੀ ਗੱਲ ਕਰੀਏ ਜਾਂ ਹੁਣ ਈਸਟ ਕੋਸਟ ਦੀ ਗੱਲ ਕਰੀਏ ਤਾਂ ਪੂਰੀ ਠੰਡ ਜਿਹੜੀ ਹੈਗੀ ਆ ਪੈਰੀ ਪੰਜਾਬ ਦੇ ਵਿੱਚ, ਧੁੰਦਾਂ ਸ਼ੁਰੂ ਹੋ ਜਾਂਦੀਆਂ ਮੱਘਰ ਦੇ ਮਹੀਨੇ ਤਕਰੀਬਨ, ਅਤੇ ਲੋਕਾਂ ਨੂੰ ਆਵਾਜਾਈ 'ਚ ਵੀ ਔਖਾ ਹੁੰਦਾ। ਪਰ ਆਪਾਂ ਜਿਹੜੀ ਗੱਲ ਕਰ ਰਹੇ ਉਹ ਕਰ ਰਹੇ ਵਿਆਹ ਦੀ। ਵਿਆਹ ਦੀ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਮੱਘਰ ਮਹੀਨੇ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਸੀ ਵੀ ਮੱਘਰ ਮਹੀਨੇ ਦੇ ਵਿੱਚ ਵਿਆਹ ਕਰਨਾ। ਇਹ ਧਾਰਨਾ ਹੁੰਦੀ ਸੀ ਵੀ ਮੱਘਰ ਮਹੀਨੇ ਦੇ ਵਿੱਚ ਇੱਕ ਤਾਂ ਜਿਹੜੇ ਵਿਆਹ ਕਰਦੇ ਨੇ, ਇੱਕ ਤਾਂ ਉਹ ਕਹਿੰਦੇ ਵੀ ਪਤੀ ਪਤਨੀ ਦੀ ਉਮਰ ਲੰਬੀ ਹੁੰਦੀ ਹੈ। ਇਹ ਨਹੀਂ ਮੈਨੂੰ ਸਮਝ ਆਈ, ਇਹਦੇ ਬਾਰੇ ਤੁਹਾਡੇ ਕੋਲ ਪੁੱਛੂੰਗਾ। ਉਮਰ ਲੰਬੀ ਹੁੰਦੀ ਹੈ, ਮੱਘਰ ਮਹੀਨੇ ਦੇ ਵਿਆਹ ਦੀ ਮਨਿਆਦ ਜ਼ਿਆਦਾ ਲੰਬੀ ਹੁੰਦੀ ਹੈ, ਜਾਣੀ ਕਿ ਲੜਾਈ ਝਗੜੇ ਹੋਣ ਦੇ ਘੱਟ ਚਾਂਸ ਹੁੰਦੇ, ਤਲਾਕ ਘੱਟ ਹੁੰਦੇ ਸੀਗੇ। ਅੱਛਾ, ਦੂਜੀ ਗੱਲ ਇਹ ਹੈ ਬਈ ਮਿਠਾਈ ਦਾਲ ਸਬਜ਼ੀ ਵਗੈਰਾ ਅੱਜ ਕੱਲ੍ਹ ਦੇ ਮਹੀਨੇ ਪੈਣ ਦਾ ਸੁੱਖ ਹੁੰਦਾ ਕਿ ਅੰਦਰ ਸਾਰੇ ਪੈ ਜਾਂਦੇ ਆ, ਬੜਾ ਬਹੁਤ ਜ਼ਿਆਦਾ ਠੰਡ ਨਹੀਂ ਹੁੰਦੀ। ਵਿਆਹ ਦੀ ਗੱਲ ਕਰੀਏ, ਇੱਕ ਜਗ੍ਹਾ ਇਕੱਠੇ ਹੋ ਕੇ ਸਾਰੇ ਪੈ ਜਾਂਦੇ ਮੰਜਿਆਂ ਦੇ ਵਿੱਚ, ਅਤੇ ਇਹਦੇ ਬਾਰੇ ਇਹ ਜਿਹੜਾ ਬਣਿਆ ਸੀਗਾ ਇੱਕ ਮੱਘਰ ਮਹੀਨੇ ਦਾ, ਮੈਂ ਤੈਨੂੰ ਬਾਬਲ ਆਖਦੀ ਮੇਰਾ ਮੱਘਰ ਕਰੀ ਵਿਆਹ, ਮੈਂ ਤੈਨੂੰ ਬਾਬਲ ਆਖਦੀ ਮੇਰਾ ਮੱਘਰ ਕਰੀ ਵਿਆਹ ਵੇ, ਤੇਰਾ ਭੱਤ ਨਾ ਕੁੱਸੇ, ਤੇਰਾ ਗੋਤ ਨਾ ਰੁੱਸੇ, ਤੇਰਾ ਭੱਤ ਨਾ ਬੁੱਸੇ, ਬੁੱਸੇ ਮਤਲਬ ਬੇਹਾ ਨਾ ਹੋਵੇ, ਤੇਰਾ ਭੱਤ ਨਾ ਬੁੱਸੇ, ਤੇਰਾ ਗੋਤ ਨਾ ਰੁੱਸੇ, ਤੇਰਾ ਦਹੀਂ ਨਾ ਫਿੱਟਿਆ ਜਾਊਵੇ, ਮੇਰਾ ਮੱਘਰ ਕਰੀ ਵਿਆਹ ਵੇ, ਮੈਂ ਬਾਬਲ ਤੈਨੂੰ ਆਖਦੀ। ਮੱਘਰ ਦੇ ਬਾਰੇ ਇਹ ਗੱਲਾਂ ਬਾਤਾਂ ਕਾਫੀ ਜਿਹੜੀਆਂ ਹੈਗੀਆਂ ਸਾਡੇ ਆਮ ਦੇਖਣ ਸੁਣਨ ਨੂੰ ਮਿਲਦੀਆਂ। ਇਹਦੇ ਬਾਰੇ ਅਗਰ ਤੁਹਾਡੇ ਕੋਈ ਵਿਚਾਰ ਦੀ ਗੱਲ ਕਰੀਏ, ਮੱਘਰ ਬਾਰੇ ਵਿਚਾਰ ਦੀ ਗੱਲ ਕਰੀਏ, ਤਾਂ ਵੈਸੇ ਤਾਂ ਜਿਹੜੇ ਵਿਆਹਾਂ ਦਾ ਹੁਣ ਸੀਜ਼ਨ ਸ਼ੁਰੂ ਹੋ ਗਿਆ, ਮੇਰੇ ਖਿਆਲ ਅਗਸਤ ਸਤੰਬਰ ਤੋਂ ਕੋਈ ਵੀਡੀਓ ਵਾਲਾ ਵਿਹਲਾ ਨਹੀਂ, ਕੋਈ ਗੱਡੀਆਂ ਨਹੀਂ ਮਿਲਦੀਆਂ ਉੱਥੇ ਪੰਜਾਬ ਦੇ ਵਿੱਚ, ਕੋਈ ਵਾਜੇ ਵਾਲਾ ਨਹੀਂ ਮਿਲਦਾ ਹੈਗਾ, ਇੰਨਾ ਜ਼ਿਆਦਾ ਸਾਹਾ ਭਾਰੀ ਹੁੰਦਾ। ਸਾਹਾ ਭਾਰੀ ਇਹਨੂੰ ਕਹਿ ਦਿੰਦੇ, ਸਾਡੇ ਦਰਸ਼ਕਾਂ ਨੂੰ ਪਤਾ ਹੋਊਗਾ, ਸਾਹਾ ਭਾਰੀ ਤੋਂ ਬਾਅਦ ਵੀ ਇੱਕ ਦਿਨ ਦੇ ਵਿੱਚ ਬਹੁਤ ਸਾਰੇ ਵਿਆਹ ਜਿਹੜੇ ਹੈਗੇ ਨੇ ਉਹ ਹੁੰਦੇ ਨੇ, ਅਤੇ ਉਦੋਂ ਫਿਰ ਸਾਹਾ ਭਾਰੀ ਹੋ ਜਾਂਦਾ। ਸੋ ਇਹ ਅਲੱਗ ਅਲੱਗ ਮਹੀਨੇ ਜਿਹੜੇ ਬਣੇ ਨੇ, ਅਸੀਂ ਦੇਸੀ ਮਹੀਨਿਆਂ ਦੀ ਜੇ ਗੱਲ ਕਰੀਏ ਜਾਂ ਅੰਗਰੇਜ਼ੀ ਮਹੀਨਿਆਂ ਦੀ ਗੱਲ ਕਰੀਏ, ਤਾਂ ਤੁਹਾਡੇ ਹਿਸਾਬ ਦੇ ਨਾਲ ਇਹਨਾਂ ਮਹੀਨਿਆਂ ਦੇ ਵਿੱਚ ਵਿਆਹ ਜਿਹੜੇ ਨੇ ਕਿਹੜੇ ਮਹੀਨੇ ਦੇ ਵਿੱਚ ਜ਼ਿਆਦਾ ਹੁੰਦੇ ਨੇ? ਅੱਜ ਕੱਲ੍ਹ ਜੇ ਗੱਲ ਕਰੀਏ ਮੱਘਰ ਦੇ ਮਹੀਨੇ ਦੀ ਕਰੀਏ ਜਾਂ ਅੱਜ ਕੱਲ੍ਹ ਦੀ ਗੱਲ ਕਰੀਏ, ਤਾਂ ਅੱਜ ਕੱਲ੍ਹ ਵਿਆਹ ਜ਼ਿਆਦਾ ਕਿਉਂ ਰੱਖੇ ਜਾਂਦੇ, ਉਹਦੇ ਕੀ ਕਾਰਨ ਨੇ? ਵੈਸੇ ਤਾਂ ਸਾਰਾ ਸਾਲ ਹੀ ਵਿਆਹ ਚੱਲੀ ਜਾਂਦੇ ਨੇ, ਜਦੋਂ ਜਿਹਦਾ ਸੂਤ ਲੱਗਦਾ ਵਿਆਹ ਕਰਾ ਲੈਂਦਾ, ਅਗਲਾ ਖੜਕਾ ਕੇ ਪਾਸੇ ਕਰਦਾ ਵਿਆਹ ਵੀ, ਛੱਡੋ ਹੁਣ ਉਡੀਕੀ ਜਾਣਾ ਵੀ, ਆਪਾਂ ਤਰੀਕ ਉਡੀਕੀ ਜਾਣੀ, ਅੱਜ ਕੱਲ੍ਹ ਤੋਂ ਚੀਜ਼ਾਂ ਹੈ ਹੀ ਨਹੀਂ। ਅੱਜ ਕੱਲ੍ਹ ਤਾਂ ਨਿਆਣੇ ਜਿਹੜੇ ਆ ਪਹਿਲਾਂ 100 ਓਰ ਪੋਰ ਹੁੰਦੇ ਸੀ, 100 ਗੱਲਾਂ ਕਰਦੇ ਹੁੰਦੇ, 100 ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੁੰਦਾ ਸੀ, ਵੀ ਆਹ ਨਾ ਹੋ ਜਾਏ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ, 100 ਵਿਚਾਰ ਹੁੰਦੇ ਸੀ। ਅੱਜ ਕੱਲ੍ਹ ਤਾਂ ਨਿਆਣੇ ਵਿਆਹ ਕਰਾ ਕੇ ਪਤਾ ਲੱਗਦਾ ਜੀ, ਵਿਆਹ ਕਰਾ ਲਿਆ ਜੀ, ਹਾਂਜੀ ਹਾਂਜੀ, ਆਸ਼ੀਰਵਾਦ ਦੇਣਾ ਦੇ ਦਿਓ, ਨਹੀਂ ਤਾਂ ਉਹਦੀ ਵੀ ਕੋਈ ਐਡੀ ਕੋਈ ਗੱਲ ਨਹੀਂ, ਅੱਜ ਕੱਲ੍ਹ ਕੋਈ ਜ਼ਰੂਰਤ ਨਹੀਂ ਬਾਹਲੀ ਹੈਗੀ ਆਸ਼ੀਰਵਾਦ, ਬੇਸ਼ੱਕ ਦਿਓ ਨਾ ਦਿਓ, ਅਤੇ ਤੁਸੀਂ ਚੈੱਕ ਜਿਹੜਾ ਉਹ ਮੈਨੂੰ ਜ਼ਰੂਰ ਦੇ ਦਿਓ ਕਹਿੰਦੇ, ਜਾਂ ਜਿਹੜੀ ਮੇਰੀ ਪ੍ਰੋਪਰਟੀ ਬਣਦੀ ਉਹ ਦੇ ਦਿਓ, ਆਸ਼ੀਰਵਾਦ ਦੀ ਕੋਈ ਗੱਲ ਨਹੀਂ, ਉਹ ਆਸ਼ੀਰਵਾਦ ਤੋਂ ਬਿਨਾਂ ਵੀ ਚੱਲ ਜਾਂਦਾ ਅੱਜ ਕੱਲ੍ਹ ਕੰਮ। ਸੋ ਸਮਾਂ ਬਦਲ ਗਿਆ, ਸਮਾਂ ਐਸਾ ਬਦਲਿਆ, ਪਰ ਉਸ ਸਮੇਂ ਦੇ ਬਦਲਾਅ ਦੇ ਨਾਲ ਸਾਡੇ ਬਹੁਤ ਸਾਰੇ ਰੀਤੀ ਰਿਵਾਜ਼ ਜਿਹੜੇ ਆ ਉਹ ਬਦਲ ਗਏ, ਕਈ ਇੰਨੇ ਬਦਲ ਗਏ ਕਿ ਉਹਨਾਂ ਦਾ ਸਾਨੂੰ ਯਾਦ ਚਿੱਤ ਵੀ ਨਹੀਂ ਹੈ ਵੀ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਉਹ ਇੱਦਾਂ ਪ੍ਰੋਗਰਾਮ ਕਰਕੇ ਗਾਏ ਵਗਾਏ ਫਿਰ ਚੇਤਾ ਕਰਾਉਣਾ ਪੈਂਦਾ ਸਾਡੇ ਦਰਸ਼ਕਾਂ ਨੂੰ ਵੀ ਆਹ ਹੀ ਚੀਜ਼ਾਂ ਹੁੰਦੀਆਂ ਸੀ, ਸਿਹਰਾ ਹੁੰਦਾ ਸੀ, ਸਿਹਰਾ ਬੰਨ ਕੇ ਆਉਂਦੇ ਹੁੰਦੇ ਸੀਗੇ, ਅਤੇ ਸਿਹਰਾ ਅੱਜ ਕੱਲ੍ਹ ਦਾ ਸਿਹਰਾ ਤਾਂ ਮੈਂ ਬਹੁਤ ਘੱਟ ਸਿਹਰਾ ਦੇਖਿਆ, ਬਹੁਤ ਘੱਟ। ਅੱਜ ਕੱਲ੍ਹ ਕਲਗੀ ਲਾਈ ਹੁੰਦੀ ਅਤੇ ਕਲਗੀ ਫਿਰ ਅੱਗੇ ਰੱਖ ਦਿੰਦੇ। ਸਿਹਰੇ ਦਾ ਕਾਰਨ ਮੇਰੇ ਖਿਆਲ ਇਹ ਹੈ ਵੀ ਸਿਹਰਾ ਜਦੋਂ ਬੰਨਦੇ ਸੀਗੇ ਤਾਂ ਇੱਕ ਕਿਰਿਓਸਟੀ ਹੁੰਦੀ ਸੀ, ਇੱਕ ਚਾਹ ਹੁੰਦਾ ਸੀ, ਕਿਉਂਕਿ ਨਾ ਮੁੰਡਾ ਮੁੰਡੇ ਨੇ ਕੁੜੀ ਅਤੇ ਨਾ ਕੁੜੀ ਨੇ ਮੁੰਡਾ, ਤਾਂ ਦੂਰ ਦੀ ਗੱਲ ਦੇ ਦੇਖੇ ਨਹੀਂ ਹੁੰਦੇ ਸੀਗੇ। ਪਿੰਡ ਵਾਲਿਆਂ ਨੂੰ ਵੀ ਚਾਅ ਹੁੰਦਾ ਸੀਗਾ ਵੀ ਲਾੜਾ ਦੇਖਣ ਦਾ, ਲਾੜਾ ਦੇਖਣਾ ਕਿੱਦਾਂ ਦਾ, ਕੋਠਿਆਂ 'ਤੇ ਚੜ੍ਹ ਜਾਂਦੀਆਂ ਸੀਗੀਆਂ ਕੁੜੀਆਂ ਬੁੜੀਆਂ, ਸਭ ਕੋਠਿਆਂ 'ਤੇ ਕੜੀਆਂ ਨੇ ਵੀ ਲਾੜਾ ਕੋਲ ਕਿਹੜੇ ਵੇਲੇ ਮਾੜਾ ਜਿਹਾ ਘੁੰਡ ਚੱਕੂਗਾ, ਸਿਹਰਾ ਪਾਸੇ ਕਰੂਗਾ ਅਤੇ ਉਹਦਾ ਚਿਹਰਾ ਦਿਸੂਗਾ। ਉਹ ਚੀਜ਼ ਅੱਜ ਕੱਲ੍ਹ ਖਤਮ ਹੋ ਗਈਆਂ, ਕਿਉਂਕਿ ਅੱਜ ਕੱਲ੍ਹ ਸਾਰੇ ਹੀ ਤਕਰੀਬਨ ਰਿਸ਼ਤੇਦਾਰ ਵੀ ਅਤੇ ਸਾਰੇ ਹੁਣ ਆਂਢੀ ਗੁਆਂਢੀ ਤਾਂ ਕੋਈ ਰਿਹਾ ਹੀ ਨਹੀਂ ਹੈਗਾ, ਵਿਆਹ ਵੀ ਘੰਟਿਆਂ ਦੇ ਰਹਿ ਗਏ ਨੇ, ਹੁਣ ਤਾਂ ਪਹਿਲਾਂ ਕਈ ਦਿਨਾਂ ਦੇ ਵਿਆਹ ਹੁੰਦੇ ਸੀ, ਹੁਣ ਤਾਂ ਉਹ ਚੀਜ਼ ਬਿਲਕੁਲ ਖਤਮ ਹੋ ਗਈ। ਖੁਸ਼ੀਆਂ ਮਨਾਉਣ ਦਾ ਤਰੀਕਾ ਜਿਹੜਾ ਉਹ ਵੀ ਬਿਲਕੁਲ ਬਦਲ ਗਿਆ, ਅਤੇ ਅੱਜ ਕੱਲ੍ਹ ਤਾਂ ਸਾਰਾ ਪਹਿਲਾਂ ਪਤਾ ਹੁੰਦਾ ਵੀ ਆਹ ਮੁੰਡਾ ਆਹ ਕੁੜੀ, ਇੱਕ ਦੂਜੇ ਚੰਗੀ ਤਰ੍ਹਾਂ ਜਾਣਦੇ ਹੁੰਦੇ, ਰਿਸ਼ਤੇਦਾਰ ਸਾਰੇ ਜਾਣਦੇ ਹੁੰਦੇ ਆ,
ਅਤੇ ਮਤਲਬ ਦੱਸਣ ਵੇਲੇ ਵੀ ਇੱਦਾਂ ਹੀ ਦੱਸਦੇ ਵੀ ਅੱਛਾ ਕੁੜੀ, ਕੋਈ ਰਿਸ਼ਤੇ ਵਾਲਾ ਪੁੱਛਦਾ ਵੀ ਕੁੜੀ ਕਿੱਦਾਂ ਮੰਗਤੀ ਮੁੰਡਾ ਜਾਂ ਮੁੰਡਾ ਮੰਗਤਾ, ਦੇਖੀਏ ਕੁੜੀ ਕਿਹੜੀ ਕੋਈ। ਨਹੀਂ, ਉਹ ਤਾਂ ਕੁੜੀ ਨਹੀਂ ਸੀ, ਕੌਣ ਦੀ ਫਲਾਨੀ ਦੇਖੀ ਨਹੀਂ ਸੀ, ਉਹ ਇੱਕ ਵਾਰੀ ਆਈ ਸੀ ਆਪਣੇ ਫੰਕਸ਼ਨ 'ਤੇ। ਹਾਂ, ਉਹਦਾ ਕੰਮ ਕਰਦੀ ਸੀ ਉਹ, ਅਤੇ ਉੱਥੇ ਫਿਰ ਉਹਨੇ ਵਿਆਹ ਕਰਾ ਲਿਆ ਉਹਨੇ। ਅੱਜ ਕੱਲ੍ਹ ਇਹ ਸਿਸਟਮ ਜਿਹੜਾ ਚੱਲਦਾ। ਤੁਹਾਡੇ ਮੱਘਰ ਦੇ ਵਿਆਹ ਬਾਰੇ ਖਾਸ ਤੌਰ 'ਤੇ ਕੀ ਵਿਚਾਰ ਨੇ? ਕਿਉਂ ਇਹ ਧਾਰਨਾ ਮੰਨੀ ਜਾਂਦੀ ਸੀ ਕਿ ਮੱਘਰ ਦੇ ਵਿਆਹ ਉਮਰ ਲੰਬੀ ਹੁੰਦੀ ਪਤੀ ਪਤਨੀ ਦੀ, ਜਾਂ ਫਿਰ ਮੱਘਰ ਦੇ ਵਿਆਹ ਜ਼ਿਆਦਾ ਲੰਬਾ ਸਮਾਂ ਚੱਲਦੇ ਨੇ, ਜਾਂ ਕੋਈ ਇਹੋ ਜਿਹਾ ਤਜਰਬਾ ਹੋਵੇ ਵਾਕਿਆ ਚੱਲਦੇ ਨੇ, ਜਾਂ ਕੋਈ ਇਹੋ ਜਿਹਾ ਤਜਰਬਾ ਹੋਵੇ ਵੀ ਨਹੀਂ ਜੀ ਨਹੀਂ ਵਿਆਹ ਵਿਆਹ ਹੀ ਆ, ਚਾਹੇ ਮੱਘਰ ਦਾ ਹੋਵੇ ਚਾਹੇ ਸਾਉਣ ਦਾ ਹੋਵੇ ਚਾਹੇ ਭੱਜ ਦਾ ਹੋਵੇ, ਵਿਆਹ ਵਿਆਹ ਹੀ ਹੈ, ਅਤੇ ਵਿਆਹ ਜਿੱਦਾਂ ਦੇ ਚੱਲਦੇ ਹੁੰਦੇ ਉੱਦਾਂ ਦੇ ਸਾਰੇ ਚੱਲਦੇ ਨੇ। ਕੋਈ ਇਹੋ ਜਿਹਾ ਤਜਰਬਾ ਹੋਵੇ ਵੀ ਨਹੀਂ ਚੱਲਦੇ, ਤਾਂ ਭਾਵ ਵੀ ਮੀਆਂ ਬੀਵੀ 'ਚ ਇੱਟ ਖੜੱਕਾ ਜਿਹਾ ਜਿਹੜਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਇਹ ਗੱਲਾਂ ਬਾਤਾਂ ਅੱਜ ਆਪਾਂ ਕਰਨੀ ਆ ਵਿਆਹਾਂ ਬਾਰੇ, ਮੱਘਰ ਦੇ ਵਿਆਹ ਬਾਰੇ ਖਾਸ ਤੌਰ 'ਤੇ ਗੱਲਬਾਤ ਕਰਨੀ, ਜਾਂ ਕਿਹੜੇ ਮਹੀਨੇ ਦੇ ਵਿਆਹ ਕਿੱਦਾਂ ਹੁੰਦੇ ਸੀਗੇ ਪੁਰਾਣੇ, ਉਹ ਗੱਲਬਾਤ ਕਰ ਸਕਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਸਿਲਸਿਲਾ ਜਿਹੜਾ ਉਹ ਸ਼ੁਰੂ ਕਰੂੰਗਾ। ਫਿਲਹਾਲ ਬ੍ਰੇਕ ਲੈਣਾ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ, ਅਤੇ ਗੱਲਬਾਤ ਅੱਜ ਜਿਹੜੀ ਚੱਲ ਰਹੀ ਆ ਉਹ ਵਿਆਹਾਂ ਦੀ ਗੱਲਬਾਤ ਚੱਲ ਰਹੀ ਹੈ। ਮੈਂ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਯਾਦ ਕਰਾ ਦੇਵਾਂ ਕਿ ਵਿਆਹਾਂ ਦੀ ਗੱਲ ਮੱਘਰ ਮਹੀਨੇ ਦੀ, ਮੱਘਰ ਮਹੀਨਾ ਚੱਲਦਾ ਹੁਣ, ਮੱਘਰ ਮਹੀਨਾ ਦੇਸੀ ਮਹੀਨੇ ਦੀ ਗੱਲ ਕਰੀਏ, ਦਸੰਬਰ ਮੱਘਰ। ਮੱਘਰ ਮਹੀਨੇ ਬਾਰੇ ਇਹ ਧਾਰਨਾ ਕਹਿੰਦੇ ਪਾਈ ਜਾਂਦੀ ਸੀ, ਇਹ ਸੋਚ ਸੀਗੀ ਕਿ ਮੱਘਰ ਮਹੀਨੇ ਦੇ ਵਿਆਹ ਜ਼ਿਆਦਾ ਚੱਲਦੇ ਨੇ, ਜ਼ਿਆਦਾ ਵਧੀਆ ਰਹਿੰਦੇ ਨੇ, ਜ਼ਿਆਦਾ ਕੀ ਕਹਿੰਦੇ ਹੁੰਦੇ ਆ ਉਹਨੂੰ, ਉਮਰ ਵੀ ਲੰਬੀ ਹੁੰਦੀ ਹੈ ਮੀਆਂ ਬੀਵੀ ਦੀ। ਤੁਹਾਡੇ ਕੀ ਵਿਚਾਰ ਨੇ, ਕਾਲ ਕਰਕੇ ਆਪਾਂ ਗੱਲਬਾਤ ਕਰ ਸਕਦੇ ਹਾਂ, ਜਾਂ ਫਿਰ ਇਹ ਗੱਲ ਜਿਹੜੀ ਹੈਗੀ ਇਹਦੇ ਨਾਲ ਜੁੜਦੀ ਇੱਕ ਇਹ ਵੀ ਕਰ ਸਕਦੇ, ਕਿਹੜੇ ਮਹੀਨੇ ਦੇ ਵਿਆਹ ਦੇ ਕਿਹੜੇ ਫਾਇਦੇ ਨੇ ਅਤੇ ਕਿਹੜੇ ਨੁਕਸਾਨ ਨੇ, ਇਹ ਨਾਲ ਨਾਲ ਗੱਲਬਾਤ ਕਰਨ ਤੁਹਾਡੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਜੀ, ਬਹੁਤ ਬਹੁਤ ਤੁਹਾਡਾ। ਪਹਿਲਾਂ ਤਾਂ ਤੈਨੂੰ ਵਧਾਈਆਂ ਬਾਬਾ ਪੋਤੇ ਦੀਆਂ। ਹਾਂਜੀ, ਥੈਂਕ ਯੂ ਜੀ, ਬਹੁਤ ਅਸ਼ੀਰਵਾਦ ਤੁਹਾਡਾ ਜੀ, ਸਿੱਖਾ ਪਰਮਾਤਮਾ ਦਾ। ਉਹ ਕੀ ਨਾਂ ਰੱਖ ਰਿਹਾ? ਜ਼ੋਰਾਵਰ ਸਿੰਘ। ਜ਼ੋਰਾਵਰ ਸਿੰਘ ਰੱਖਿਆ, ਚੱਲ ਬਹੁਤ ਸੋਹਣਾ ਨਾਂ ਰੱਖ ਲਿਆ। ਨਹੀਂ, ਨਾਲੇ ਉਹਨਾਂ ਦਾ ਵੀ ਸੀਗਾ ਨਾ ਜਨਮ ਦਿਨ ਪਿਛਲੇ ਦਿਨ। ਹਾਂਜੀ, ਵਿਆਹਾਂ ਦੀ ਗੱਲ ਕਰਦੇ ਆ, ਕਹਿੰਦੇ ਮੱਘਰ ਦੇ ਵਿਆਹਾਂ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਸੀ, ਮੈਨੂੰ ਲੱਗਦਾ ਕਿ ਖੜਤਾ ਹੀ ਸੀ ਲੋਕਾਂ ਦੇ ਡਿਵੋਰਸ ਹੁੰਦੇ। ਨਹੀਂ, ਮੱਘਰ ਨਾਲ ਇਹ ਕਹਿੰਦੇ ਉਮਰ ਵੀ ਲੰਬੀ ਹੁੰਦੀ ਸੀ ਤੇ ਵਿਆਹ ਵੀ ਜ਼ਿਆਦਾ ਚੱਲਦੇ ਸੀ। ਆਹੋ, ਹੁਣ ਤਾਂ ਪਤਾ ਹੀ ਨਹੀਂ ਲੋਕੀ ਇਧਰੋਂ ਇੱਕ ਵੀ ਚਾਰ ਕਰ ਲੈਂਦੇ ਆ। ਤੇ ਵੈਸੇ ਕਿਹੜੇ ਮਹੀਨੇ 'ਚ ਵਿਆਹ ਜ਼ਿਆਦਾ ਹੁੰਦੇ ਤੁਹਾਡੇ ਹਿਸਾਬ ਦੇ ਨਾਲ, ਆਪਣੇ ਪੰਜਾਬ ਦੀ ਗੱਲ ਕਰੀਏ ਜੇ ਪੰਜਾਬੀਆਂ ਦੀ? ਅੱਗੇ ਤਾਂ ਜ਼ਿਆਦਾ ਦਸੰਬਰ ਦਿੱਤੇ ਜ਼ਿਆਦਾ ਹੁੰਦੇ ਸੀ, ਕਾਰਨ ਜਨਵਰੀ ਦਸੰਬਰ ਦੀ। ਅੱਛਾ, ਦਸੰਬਰ ਤੋਂ ਜਨਵਰੀ ਜ਼ਿਆਦਾ ਹੁੰਦੇ ਆ। ਹਾਂਜੀ, ਕਿਉਂ ਕਿ ਠੰਡ ਹੁੰਦੀ ਆ, ਪਤਾ ਸਬਜ਼ੀਆਂ ਨਹੀਂ ਖਰਾਬ ਹੁੰਦੀਆਂ। ਆਹੋ, ਮੱਘਰ ਆ ਦਸੰਬਰ ਹੀ ਆ ਗਿਆ ਜੀ, ਮੱਘਰ। ਹਾਂ, ਦਸੰਬਰ ਹੀ ਆ ਗਿਆ ਹੁਣ, ਮੱਘਰ ਹੀ ਚੱਲਦਾ ਜਿਹੜਾ ਦਸੰਬਰ ਚੱਲਦਾ ਆ। ਹਾਂ, ਨਹੀਂ ਜਿਵੇਂ ਇਹ ਪਹਿਲਾਂ ਮੇਰੇ ਖਿਆਲ ਗਾਉਂਦੀਆਂ ਵੀ ਸੀਗੀਆਂ ਲੇਡੀਜ਼, ਦੀ ਮੇਰਾ ਮੱਘਰ ਕਰੀ ਵਿਆਹ ਵੇ ਬਾਬਲ। ਹਾਂਜੀ, ਇਹ ਤਾਂ ਨਹੀਂ ਗਾਉਣ ਦਾ ਤਾਂ ਨਹੀਂ ਪਤਾ, ਪਰ ਓਦਾਂ ਮੈਂ ਸੁਣਿਆ ਪਏ ਇਹ ਵਿਆਹ ਜਿਹੜੇ ਜ਼ਿਆਦਾ ਦਸੰਬਰ 'ਚ ਤਾਂ ਜਨਵਰੀ ਫਰਵਰੀ 'ਚ ਕਰ ਦਿੰਦੇ ਸੀ ਅੱਗੇ। ਮਤਲਬ ਹੁਣ ਅੱਜ ਕੱਲ੍ਹ ਇੱਧਰੋਂ ਮਤਲਬ ਜਹਾਜ਼ਾਂ ਦੇ ਜਹਾਜ਼ ਭਰ ਕੇ ਇੰਡੀਆ ਜਾਂਦੇ ਨੇ ਵਿਆਹਾਂ ਦੇ ਵਿੱਚ ਆਪਣੇ ਪੰਜਾਬੀ। ਹਾਂਜੀ, ਹੁਣ ਤਾਂ ਸਭ ਪਰੇ ਜਾਣੇ ਜਹਾਜ਼ ਦੱਸਿਆ ਮਹੀਨੇ, ਪੁੱਛੋ ਹੀ ਨਾ। ਹਾਂਜੀ ਹਾਂਜੀ, ਚਲੋ। ਹੋਰ ਚਲੋ, ਬਹੁਤ ਸੋਹਣਾ ਸੇਖ, ਠੀਕ ਹੈ ਕਾਕੇ ਜੀ? ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਜੀ। ਚਲੋ, ਓਵਰ ਰਾਈਟ ਹੈ, ਓਕੇ ਬਾਈ। ਹੈਲੋ ਹੈਲੋ। ਹਾਂਜੀ ਜੱਗੀ ਜੀ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੇ ਕਹਾਂਗਾ ਹਾਊਡੀ ਜੱਗੀ ਜੀ। ਨਹੀਂ 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 ਜੀ, ਇਹ ਤਾਂ ਤੁਹਾਡਾ ਪਿਆਰ ਹੈ ਜੀ, ਆਸ਼ੀਰਵਾਦ ਹੈ। ਤੁਸੀਂ ਤੇ ਰੰਗ ਨਾ, ਤੁਸੀਂ ਤੇ ਰੰਗ ਬੰਨੇ ਹੋਏ ਨੇ, ਤੇ ਸਾਨੂੰ ਮੱਘਰ ਦੇ ਮਹੀਨੇ 'ਚ, ਮੈਂ ਤੇ ਤੁਹਾਡੇ ਕੋਲ ਪਹਿਲੀ ਵਾਰੀ ਸੁਣਿਆ ਕਿ ਮੱਘਰ ਦੇ ਮਹੀਨੇ 'ਚ ਵਿਆਹ। ਤੁਹਾਡਾ ਕਿਹੜੇ ਮਹੀਨੇ 'ਚ ਹੋਇਆ ਸੀ? ਮੇਰਾ ਅਪ੍ਰੈਲ 'ਚ ਹੋਇਆ ਸੀ। ਹਾਂ, ਨਹੀਂ ਅਪ੍ਰੈਲ ਵੀ ਵਧੀਆ ਰਹਿੰਦੇ ਆ, ਅਪ੍ਰੈਲ ਵੀ ਮੌਸਮ। ਨਹੀਂ ਜੀ, ਮੈਂ ਤਾਂ ਪੰਜਾਬ 'ਚ, ਗੱਲ ਇਹ ਹੈ ਕਿ ਵਿਆਹ ਤੇ ਦੇਖੋ ਮੱਘਰ ਦੇ ਮਹੀਨੇ 'ਚ, ਤੁਹਾਡੇ ਤੇ ਮੈਂ ਟੋਪਿਕ ਤੇ ਕਨਫਾਈਨ ਕਰਾਂਗਾ ਜੀ। ਕਿ ਉਹ ਕਹਿੰਦੇ ਜੀ ਉਹ ਮਹੀਨਾ ਪੋ ਬਚਣਗੇ ਉਹ ਜਿਹੜੇ ਸੌਣਗੇ ਦੋ ਜੀ, ਤੇ ਇਸ ਕਰਕੇ ਸ਼ਾਇਦ ਜੇ ਮੱਘਰ ਦੇ ਮਹੀਨੇ ਤੇ ਵਿਆਹ ਕੇ ਉਹ ਸਰਦੀ ਆ, ਤੇ ਜਿਹੜੀ ਉਹਨਾਂ ਦੀ ਪੋਹ ਦੇ ਮਹੀਨੇ ਤੋਂ ਬਚਦੇ ਬਚਦੇ ਉਹਨਾਂ ਦੀ ਅੰਡਰਸਟੈਂਡਿੰਗ ਜ਼ਿਆਦਾ ਵੱਧ ਜਾਂਦੀ ਸੀ ਤੇ ਜ਼ਿੰਦਗੀ ਦੇ ਵਿੱਚ। ਹਾਂ ਚਲੋ, ਆਪਣੇ ਵੈਸੇ ਤੇ ਪੰਜਾਬ ਦੀ ਗੱਲ ਕਰੀਏ ਜੀ, ਪੰਜਾਬ ਦੇ ਵਿੱਚ ਵਿਆਹਾਂ ਦਾ ਇੱਕ ਵੱਖਰਾ ਰੰਗ ਹੁੰਦਾ ਸੀਗਾ, ਜਿਹੜੇ ਕਈ ਚੀਜ਼ਾਂ ਬਦਲ ਗਈਆਂ, ਕਈ ਚੀਜ਼ਾਂ ਚੇਂਜ ਹੋ ਗਈਆਂ। ਤੇ ਮੈਂ ਬਸ ਤੁਹਾਡੀ ਤੇ ਮੈਨੂੰ ਜੇ ਤੁਸੀਂ ਟਾਈਮ ਦਿਓ ਤਾਂ ਮੈਂ ਇੱਕ ਗੱਲ ਕਹਿ ਕੇ ਖਤਮ ਕਰਾਂਗਾ ਜੀ। ਜੀ, ਤੇ ਨਿਊ ਯਾਰਕ ਸਾਡੇ ਕਲੋਜ਼ ਰਿਲੇਟਿਵ ਉੱਥੇ ਨਿਊ ਯਾਰਕ ਚ ਗਏ, ਇੱਕ ਵਿਆਹ ਤੇ ਅਟੈਂਡ ਕਰਨ ਗਏ, ਉਹ ਹਫਤਾ 10 ਦਿਨ ਦੀ ਛੁੱਟੀ ਪਈ, ਉੱਥੇ ਜਾ ਕੇ ਰਵਾਂਗੇ ਜੀ। ਉਹ ਦੂਜੇ ਚੌਥੇ ਦਿਨ ਵਾਪਸ ਆ ਗਏ। ਕਿਉਂ ਜੀ?
ਕਿਉਂ? ਇਸ ਕਰਕੇ ਆ ਗਏ, ਜਿਹੜਾ ਮੁੰਡਾ ਕੁੜੀ ਦੋਨੋਂ ਡਾਕਟਰ ਸਨ, ਉਹਨਾਂ ਵਿਆਹ ਕਰਾ ਕੇ ਉਹ ਅਗਲੇ ਦਿਨ ਹੀ ਡਿਊਟੀ ਤੇ ਚਲੇ ਗਏ। ਅੱਛਾ, ਆ ਦੇਖੋ ਜੀ ਬਾਕੀ ਸਰ ਆ ਕਿੰਨਾ ਫਰਕ ਹੈ ਇਹ ਚੀਜ਼ ਤੋਂ ਤੁਹਾਡੀ ਗੱਲ ਮੈਨੂੰ ਬੜੀ ਵਧੀਆ ਲੱਗੀ। ਪਹਿਲਾਂ ਕਿੱਦਾਂ ਮਹੀਨਾ ਮਹੀਨਾ ਵਿਆਹ ਚੱਲਦਾ ਸੀਗਾ, ਮੁੰਡਾ ਕੁੜੀ ਤਾਂ ਦੂਰ ਦੀ ਗੱਲ, ਰਿਸ਼ਤੇਦਾਰ ਕਹਿ ਕੇ ਹਫ਼ਤੇ ਰੁਕ ਜਾਂਦੇ ਸੀ ਤੇ ਭੂਆ ਤੇ ਜਾਣ ਦਾ ਨਾਂ ਨਹੀਂ ਸੀ ਲੈਂਦੀ ਜਦ ਤੱਕ ਉਹਨੂੰ ਘਰੋਂ ਕੱਢਿਆ ਨਾ ਜਾਵੇ। ਭੂਆ ਔਰ ਫੁੱਫੜ ਆ ਕੇ ਕਵੇ ਨਾ ਕਿ ਹੁਣ ਤੂੰ ਵਾਪਸ ਆ ਜਾ। ਹਾਂਜੀ ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਜੀ, ਬੜਾ ਵਧੀਆ ਮਾਹੌਲ ਸੀ। ਹਾਂ ਤੇ ਬਸ ਇਸ ਕਰਕੇ ਨਾ ਮਗਰ ਦਾ ਮਹੀਨੇ ਦਾ ਵਿਆਹ ਕਾਫੀ ਦਿਨਾਂ ਬਾਅਦ ਅੱਜ ਮੇਰੇ ਖਿਆਲ ਗੱਲ ਹੋਈ ਹੈ ਨਾ, ਹੋ ਰਹੀ ਆਪਣੀ? ਨਹੀਂ ਅੱਗੇ ਦੱਸਿਆ ਤੁਹਾਨੂੰ, ਮੈਂ ਇੰਡੀਆ ਗਏ ਸੀਗੇ ਪਿਛਲੇ ਹਫ਼ਤੇ, ਆਏ ਇੱਕ ਦਫ਼ਾ ਗੱਲ ਹੋਈ ਬੜੀ। ਚਲੋ ਸਾਧਨ ਬਹੁਤ ਹੋ ਗਏ ਨਾ, ਵੀ ਪੱਖੇ ਬਿਜਲੀ ਹਰ ਤਰ੍ਹਾਂ ਦੇ ਸਾਧਨ ਹੋ ਗਏ ਨਾ। ਮਾੜਾ ਜਿਹਾ ਹੋਲਡ ਰੱਖਿਓ ਗਿਆਨ ਸਿੰਘ ਜੀ, ਮਾੜਾ ਜਿਹਾ ਹੋਲਡ ਕਰਦਾ ਤੁਹਾਡਾ ਫੋਨ, ਇੱਕ ਮਿੰਟ ਵਾਸਤੇ ਹੋਲਡ ਕਰਦਾ, ਮੁੜ ਕੇ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹਾਂਜੀ ਸਾਹ ਗਿਆਨ ਸਿੰਘ ਜੀ, ਹਾਂਜੀ ਉਦੋਂ ਰੁੱਤ ਦੇ ਹਿਸਾਬ ਨਾਲ ਵਿਆਹ ਕਰੀ ਦੇ ਸੀਗੇ ਕਿ ਉਦੋਂ ਸਾਧਨ ਕੋਈ ਨਹੀਂ ਸੀਗੇ ਆਪਣੇ ਕੋਲ, ਵੀ ਕੋਈ ਚੀਜ਼ ਦਾਲ ਸਬਜ਼ੀ ਬਣਾਈ ਜਾਂ ਖਰਾਬ ਹੋ ਜਾਵੇ ਗਰਮੀ ਬਹੁਤੀ ਜੇ ਠੰਡ ਵਿੱਚ ਵੀ ਔਖਾ ਹੋ ਜਾਂਦਾ ਕੰਮ, ਨਾ ਮੌਸਮ ਦੇ ਹਿਸਾਬ ਨਾਲ ਕੀਤੇ ਜਾਂਦੇ ਸੀਗੇ ਹਨਾ ਜੀ। ਤੇ ਇੱਕ ਤਾਂ ਕਣਕਾਂ ਵਗੈਰਾ ਬੀਜ ਕੇ ਨਾ ਕੱਤੇ ਦੇ ਮਹੀਨੇ ਕਣਕ ਬੀਜੀ ਜਾਂਦੀ ਸੀ, ਬੰਦੇ ਵਿਹਲੇ ਹੁੰਦੇ ਸੀਗੇ। ਹਾਂ ਜੀ ਮਗਰ ਹਾਂ ਕੱਤੇ ਕਣਕ ਬੀਜੀ ਜਾਂਦੀ ਸੀਗੀ, ਅਸੂ ਕੱਤੇ ਕਣਕ ਕੱਤੇ ਜੀ ਬੀਜੀ ਜਾਂਦੀ ਸੀਗੀ ਤੇ ਮਗਰ ਜੇ ਤਕਰੀਬਨ ਲੋਕ ਵਿਹਲੇ ਹੁੰਦੇ ਸੀ ਸਾਰੇ ਹਨਾ। ਤੇ ਦੂਜਾ ਮੌਸਮ ਬਹੁਤ ਵਧੀਆ ਹੁੰਦਾ, ਨਾ ਗਰਮੀ ਨਾ ਸਰਦੀ, ਦਰਮਿਆਨਾ ਮੌਸਮ ਹੁੰਦਾ ਜੀ, ਤੇ ਇਸ ਕਰਕੇ ਉਹ ਮਹੀਨਾ ਚੰਗਾ ਗਿਣਿਆ ਗਿਆ ਸੀਗਾ। ਪੋਜ ਬਹੁਤ ਠੰਡ ਹੋ ਜਾਂਦੀ ਹੈ, ਪੋਜ ਤਾਂ ਕੀਤੀ ਪੋਹ ਮਾਘ ਫੱਗਣ ਚ ਵੀ ਲੋਕੀ ਕਰ ਲੈਂਦੇ ਸੀ ਵੀ ਮੌਸਮ ਚੇਂਜ ਹੋ ਜਾਂਦਾ ਸੀਗਾ ਹਨਾ ਬਜੇ ਤੇ। ਹਾਂਜੀ ਇਸ ਕਰਕੇ ਇਹ ਮਹੀਨੇ ਚੁਣੇ ਗਏ ਸੀਗੇ ਜੀ। ਜਿਹੜੀ ਇਹ ਧਾਰਨਾ ਕਿ ਮੱਗਰ ਦੇ ਵਿਆਹ, ਮੈਂ ਇੱਕ ਲੇਖ ਹੀ ਪੜ੍ਹਿਆ ਸੀ ਕੋਈ, ਉਹਦੇ ਆਧਾਰ 'ਤੇ ਗੱਲ ਕਰ ਰਿਹਾ ਵੀ ਮੱਗਰ ਦੇ ਵਿਆਹ ਜ਼ਿਆਦਾ ਮਤਲਬ ਸੋਚ ਬਣੀ ਹੋਈ ਸੀਗੀ ਕਿ ਲੰਬੀ ਉਮਰ ਹੁੰਦੀ ਪਤੀ ਪਤਨੀ ਦੀ ਜਾਂ ਮਤਲਬ ਜ਼ਿਆਦਾ ਚੱਲਦੇ ਨੇ। ਨਹੀਂ ਆਪਾਂ ਤਾਂ ਇਸ ਗੱਲ ਨੂੰ ਮੰਨ ਨਹੀਂ ਸਕਦੇ ਨਾ, ਉਮਰ ਤਾਂ ਇੱਕ ਦਿਨ ਵੀ ਨਹੀਂ ਵੱਧਦੀ ਕਿਸੇ ਇਨਸਾਨ ਦੀ, ਜਿੰਨੀ ਵੀ ਉਮਰ ਰਹਿੰਦੀ ਹੈ। ਜਦੋਂ ਮੈਂ ਸਹੀ ਗੱਲ ਕੀਤੀ ਫੇਰ ਤੁਸੀਂ ਕਹਿਣਾ ਆਪਾਂ ਧਰਮ ਦੇ ਮਗਰ ਚੱਲ ਪਏ ਆ ਹਨਾ। ਜਿੱਦਾਂ ਨੇ ਵਿਆਹ ਤੋਂ ਕਢਾਉਣ ਦੀ ਵੀ ਗੱਲ ਕੀਤੀ ਆ, ਦਿਨ ਕਢਾਉਂਦੇ ਸੀ ਚੰਗੇ ਮਾੜੇ ਦਿਨ ਤੇ ਸਾਰੇ ਇੱਕੋ ਜਿਹੇ ਪਰਮਾਤਮਾ ਰੱਖੇ ਆ, ਠੀਕ ਨਹੀਂ? ਉਦੋਂ ਉਦੋਂ ਵਿਆਹ ਹੁੰਦੇ ਸੀ ਕਾਫੀ ਦਿਨ, ਲੰਮੇ ਵਿਆਹ ਹੁੰਦੇ ਸੀ ਹਨਾ। ਹਾਂਜੀ ਅੱਜ ਕੱਲ ਹੁਣ ਦੱਸਿਆ ਉਹਨਾਂ ਨੇ ਪਹਿਲੇ ਕਾਲਰ ਨੇ ਵੀ ਉਹ ਨਿਊਯਾਰਕ ਗਏ ਤਾਂ ਅਗਲੇ ਦਿਨ ਮੁੰਡਾ ਕੁੜੀ ਕੰਮ ਤੇ ਵਿਆਹ ਕਰਾ ਕੇ। ਬਹੁਤੀ ਠੰਡ ਹੋਵੇ ਤਦ ਵੀ ਸੰਭਾਲ ਔਖੀ ਹੁੰਦੀ ਆ ਮੇਲ ਦੀ ਜਾਂ ਲੋਕਾਂ ਦੀ ਹਨਾ ਪਰਿਵਾਰ ਦੀ, ਤੇ ਬਹੁਤੀ ਗਰਮੀ ਵਿੱਚ ਵੀ ਔਖੀ ਹੁੰਦੀ ਆ, ਬਰਸਾਤਾਂ ਚ ਵੀ ਔਖੀ ਹੁੰਦੀ ਆ। ਇਹ ਤਕਰੀਬਨ ਸੂਝ ਵੀ ਕਰ ਲੈਂਦੇ ਸੀਗੇ, ਪਰ ਕੱਤਾ ਮੱਗਰ ਜਿਹੜਾ ਨਾ ਉਹ ਜ਼ਿਆਦਾ ਵਧੀਆ ਸੀਗਾ, ਕਿਉਂਕਿ ਇੱਕ ਲੋਕੀ ਆਮ ਜਿਹੜੇ ਜ਼ਿਮੀਦਾਰ ਰੋਗ ਸੀ ਕਣਕਾਂ ਵਗੈਰਾ ਬੀਜ ਕੇ ਵਿਹਲੇ ਹੁੰਦੇ ਸੀਗੇ। ਜੀ ਜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ ਗਿਆਨ ਸਿੰਘ ਜੀ, ਬੜੀ ਮਿਹਰਬਾਨੀ, ਕਾਫੀ ਵਧੀਆ ਜਾਣਕਾਰੀ ਤੁਸੀਂ ਵੀ ਸਮੇਂ ਸਮੇਂ ਤੇ ਸਾਡੇ ਦਰਸ਼ਕਾਂ ਨੂੰ ਦਿੰਦੇ ਹੋ। ਗੱਲ ਕਰਦੇ ਬਦਲਾਓ, ਸਮਾਂ ਬਦਲਿਆ, ਸਭ ਕੁਛ ਬਦਲਿਆ, ਨਾਲ ਨਾਲ ਸਾਰਾ ਕੁਛ ਬਦਲਣਾ ਕੁਦਰਤੀ ਗੱਲ ਹੈ, ਸੁਭਾਵਿਕ ਗੱਲ ਹੈ ਕਿ ਹੋਰ ਚੀਜ਼ਾਂ ਵੀ ਜਦੋਂ ਜਦੋਂ ਬਦਲਦੀਆਂ ਨੇ। ਜੇ ਹੁਣ ਗੱਡਿਆਂ ਦੇ ਨਾਲ ਅੱਜ ਕੰਪੇਅਰ ਕਰੀਏ ਤਾਂ ਗੱਡਿਆਂ ਦੇ ਨਾਲ ਅਸੀਂ ਅੱਜ ਕੰਪੇਅਰ ਨਹੀਂ ਕਰ ਸਕਦੇ ਅੱਜ ਦੇ ਸਮੇਂ ਨੂੰ, ਪਰ ਰੀਤੀ ਰਿਵਾਜ਼ ਜਿਹੜੇ ਸਾਡੇ ਹੈਗੇ ਨੇ ਉਹ ਜ਼ਰੂਰ ਬਰਕਰਾਰ ਰੱਖ ਸਕਦੇ ਹਾਂ। ਰੀਤੀ ਰਿਵਾਜ਼ਾਂ ਦੇ ਵੀ ਕੋਈ ਨਾ ਕਾਰਨ ਰਹੇ ਹੋਣਗੇ ਬਹੁਤ ਸਾਰੇ। ਅੱਜ ਮੈਂ ਇੱਕ ਕਈ ਵਾਰੀ ਗੱਲ ਕਰਦਾ ਉਹਨਾਂ ਕੋਲ, ਹੁਣ ਮੋੜਾ ਪਿਆ ਹੋਇਆ, ਮੋੜਾ ਪਿਆ ਹੋਇਆ, ਪੁਰਾਣੇ ਅਸੀਂ ਰੀਤੀ ਰਿਵਾਜ਼ ਪੁਰਾਣੀਆਂ ਗੱਲਾਂ ਪਤਾ, ਪੁਰਾਣਾ ਪਹਿਰਾਵਾ ਹੁਣ ਚਾਹ ਦੇ ਨਾਲ ਕਰਦੇ ਹਾਂ, ਚਾਹ ਦੇ ਨਾਲ ਕੱਪੜੇ ਪਹਿਨਦੇ, ਪੁਰਾਣਾ ਰਿਵਾਜ਼ ਜਿਹੜਾ ਹੈਗਾ, ਅਤੇ ਸੋ ਗੱਲਾਂ ਪਤਾ ਜਿਹੜੀਆਂ ਬਹੁਤ ਵਧੀਆ। ਸੋ ਤੁਹਾਡੇ ਕੀ ਵਿਚਾਰ ਨੇ, ਕਿਹੜੇ ਮਹੀਨੇ ਦੇ ਵਿਆਹ ਦੇ ਕੀ ਨੁਕਸਾਨ ਅਤੇ ਕੀ ਨਫੇ ਨੇ, ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ, ਗੱਲਬਾਤ ਚੱਲ ਰਹੀ ਹੈ ਵਿਆਹ ਕਿਹੜੇ ਮਹੀਨੇ 'ਚ ਠੀਕ ਰਹਿੰਦਾ ਕਿਹੜੇ 'ਚ ਨਹੀਂ ਠੀਕ ਰਹਿੰਦਾ, ਵੈਸੇ ਤਾਂ ਸਾਰੇ ਹੀ ਠੀਕ ਹੈ ਜੀ, ਵਿਆਹ ਹੋ ਜੇ ਉਹੀ ਠੀਕ ਹੈ। ਮੇਰਾ ਨਵੰਬਰ ਦੇ ਵਿੱਚ ਹੋਇਆ ਸੀ, ਨਵੰਬਰ 'ਚ ਵੀ ਠੀਕ ਚੱਲ ਰਿਹਾ, ਮਤਲਬ ਕਹਿ ਸਕਦੇ ਵੀ ਠੀਕ ਚੱਲ ਰਿਹਾ। ਤੁਹਾਡੇ ਕੀ ਵਿਚਾਰ ਨੇ, ਕਾਲਾਂ ਲੈਂਦੇ। ਹੈਲੋ ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਬਹੁਤ ਬਹੁਤ ਜੀ। ਮਗਰ ਦੀ ਗੱਲ ਕਰ ਦਿੰਦਾ, ਮਗਰ ਚ ਕਾਫੀ ਵਿਆਹ, ਮਗਰ ਚ ਵਿਆਹ ਬਹੁਤ ਬਹੁਤ ਜ਼ੋਰ ਹੁੰਦਾ ਸੀ ਵਿਆਹਾਂ ਦਾ, ਤੇ ਓਦਾਂ ਵੀ ਚੰਗੇ ਚੀਜ਼ਾਂ ਨੀ ਖਰਾਬ ਹੁੰਦੀਆਂ ਸੀਗੀਆਂ, ਦੁੱਧ ਵੀ ਜਿਆਦਾ ਮਿਲਦਾ ਸੀ ਪਿੰਡਾਂ ਚ ਜੀ। ਗਰਮੀਆਂ ਲੋੜ ਹੀ ਨੀ ਪੈਂਦੀ, ਨਾ ਹੁਣ ਘਰੇ ਲਿਆ ਕੇ ਪਹਿਲਾਂ ਦੁੱਧ ਇਕੱਠਾ ਕਰਨਾ ਪਿੰਡ ਦੇ ਵਿੱਚੋਂ, ਫੇਰ ਦੋਧੀ ਨੇ ਪਵਾਉਣਾ, ਸਾਂਭਣਾ, ਹੁਣ ਤਾਂ ਉਹ ਸਾਰਾ ਕੁਛ ਸਾਂਭਿਆ ਸੰਭਾਇਆ ਹੀ ਆਉਂਦਾ ਜੀ, ਠੇਕਾ ਕਰ ਲੈਂਦੇ ਸਾਰਾ ਕੁਛ, ਕੁਛ ਵੀ ਕਰਨ ਦੀ ਲੋੜ ਕੁਛ ਕਰਨ ਦੀ ਲੋੜ ਸਿਆਲਾਂ ਦਾ ਜ਼ਿਆਦਾ ਤਾਂ ਕਰਦੇ ਸੀ ਵੀ ਸਮਾਨ ਨੀ ਖਰਾਬ ਹੁੰਦਾ ਸੀ ਜੀ, ਹੈ ਨਾ, ਨਾਲੇ ਕੱਪੜਾ ਲੱਤਾ ਪਾਇਆ ਵੀ ਸੋਹਣਾ ਲੱਗਦਾ ਬੰਦੇ ਦੇ ਉਸ ਗਰਮੀਆਂ ਨੂੰ, ਹਾਂ ਕੱਪੜੇ ਪਾਏ ਵੀ ਗਰਮੀਆਂ ਨਹੀਂ, ਹਾਂ ਬਹੁਤ ਫਰਕ ਹੁੰਦਾ ਗਰਮੀਆਂ ਦੇ ਸਿਆਲਾਂ ਦੇ ਜ਼ਿਆਦਾ ਜੀ। ਮਿਹਰਬਾਨੀ ਬਹੁਤ ਜੀ, ਕਾਲ ਚਲੋ ਲੱਡੂ ਲੈ ਆਈ ਸਾਡੇ ਜਦੋਂ ਇੱਧਰ ਆਏ, ਬਿਲਕੁਲ ਜੀ ਬਿਲਕੁਲ, ਅਸੀਂ ਆਉਣਾ ਹੁਣ ਆਹ ਐਂਡ ਤੇ ਐਲੇ ਆਉਣਾ ਦਸੰਬਰ ਐਂਡ ਤੇ, ਇੱਕ ਤਰੀਕ ਦੀ ਹੈਗੀ ਨਾ ਰੋਜ਼ ਪਰੇਡ, ਰੋਜ਼ ਡੇ ਪਰੇਡ। ਅੱਛਾ ਅੱਛਾ ਠੀਕ ਹੈ, ਚਲੋ ਮਿਹਰਬਾਨੀ ਜੀ, ਬਹੁਤ ਓਕੇ, ਬਾਏ ਬਾਏ। ਹੈਲੋ 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 ਜੀ 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 ਰਾਜਕੁਮਾਰ ਜੀ, ਆਪਾਂ ਕਿਹੜੇ ਮਹੀਨੇ ਵਾਲੇ ਆ ਜੀ? ਹਾਂਜੀ, ਆਪਾਂ ਕਿਹੜੇ ਮਹੀਨੇ ਵਾਲੇ ਆ ਵਿਆਹ ਦੇ ਮਾਮਲੇ ਚ? ਵਿਆਹ ਦੇ ਮਾਮਲੇ ਚ ਕਿਦਾਂ, ਵਿਆਹ ਦੇ ਕਿਹੜੇ ਮਹੀਨੇ ਚ ਵਿਆਹ ਹੋਇਆ ਸੀ, ਕਿਹੜੇ ਮਹੀਨੇ ਚ ਦੇਸੀ ਚ? ਇਹ ਸਤੰਬਰ ਚ ਜੀ। ਸਤੰਬਰ? ਹਾਂਜੀ। ਅੱਛਾ, ਤੇ ਠੀਕ ਠੀਕ ਹੈ, ਵਧੀਆ। ਸਤੰਬਰ ਦਾ ਕੋਈ, ਸਤੰਬਰ ਦੇ ਮਹੀਨੇ ਦੇ ਵਿਆਹ ਦਾ ਕੋਈ ਨੈਗੇਟਿਵ ਪੁਆਇੰਟ ਕੋਈ ਫਿਰ ਹੋਵੇ? ਬੈਡ ਗੁੱਡ ਨਹੀਂ ਜੀ, ਬਹੁਤ ਵਧੀਆ ਚੱਲ ਰਿਹਾ, ਨਾ ਕੋਈ ਲੜਾਈ ਨਾ ਕੋਈ ਝਗੜਾ। ਨਹੀਂ ਲੜਾਈ ਲੜੂਈ ਪੱਖੋਂ ਨਹੀਂ, ਵੀ ਓਦਾਂ ਮਤਲਬ ਜਿਵੇਂ ਅਸੀਂ ਗੱਲ ਕਰਦੇ ਵੀ ਆਪਾਂ ਸਮਾਨ ਸਮੂਨ ਬਾਹਲੀਆਂ ਗਰਮੀਆਂ 'ਚ ਵਿਆਹ ਹੋਵੇ ਤਾਂ ਸਮਾਨ ਸਮੂਨ ਖਰਾਬ ਹੋਏ ਤਾਂ ਉਹਦੀ ਗੱਲ ਕਰਦੇ ਜਿਵੇਂ? ਨਾ ਜੀ, ਸਭ ਠੀਕ ਹੈ। ਠੀਕ ਹੈ ਜੀ, ਠੀਕ ਹੈ, ਚਲੋ। ਮਗਰ ਮੇਰੇ ਬੇਟੇ ਮੈਨੂੰ ਆਪਣੇ ਪੋਤੇ ਦੀਆਂ ਵਧਾਈਆਂ ਦੇ ਦਿਓ ਪਹਿਲਾਂ। ਚਲੋ ਚਲੋ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਨਾਂ ਕੀ ਰੱਖਿਆ? ਜ਼ੋਰਾਵਰ ਸਿੰਘ। ਜ਼ੋਰਾਵਰ ਸਿੰਘ, ਮੈਨੂੰ ਤੇ ਇਹ ਸੀ ਵੀ ਨਿਆਣੇ ਸ਼ਾਇਦ ਕਹਿਣਗੇ ਵੀ ਛੋਟਾ ਰੱਖਣਾ ਜਾਂ ਕਿੱਦਾਂ ਰੱਖਣਾ ਵੀ, ਪਰ ਨਹੀਂ, ਨਿਆਣੇ ਮੰਨ ਗਏ ਵੀ ਵਧੀਆ, ਘੈਂਟ ਨਾਮ ਚਾਹੀਦਾ, ਠੋਕਵਾਂ ਪੂਰਾ। ਬਸ ਬਸ ਜੀ, ਸਾਡੇ ਇਤਿਹਾਸ ਨਾਲ ਜੁੜਿਆ ਹੋਇਆ ਜੀ। ਚਲੋ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਹੈਲੋ, ਜੱਗੀ ਸਾਹਿਬ? ਹਾਂਜੀ ਹਾਂਜੀ ਹਾਂਜੀ, ਪੈਰੀ ਪਿੰਨਾ ਜੀ, ਬੜੀਆਂ ਬੜੀਆਂ ਵਿਆਹਾਂ ਦੀਆਂ ਗੱਲਾਂ ਕਰੀ ਜਾਂਦਾ ਤੇ ਮੈਨੂੰ ਵੀ ਲੱਡੂ ਲਿਆ ਦੇ ਆਦੇ ਪੋਤੇ ਦੇ। ਹਾਂਜੀ ਹਾਂਜੀ, ਜਰੂਰ ਜਰੂਰ ਜੀ ਜਰੂਰ, ਮਾੜਾ ਜਿਹਾ ਮਾੜਾ ਜਿਹਾ ਹੋਲਡ ਹੋਲਡ ਕਰ ਲੱਗਾ ਤੁਹਾਡਾ ਫੋਨ, ਹੋਲਡ ਕਰ ਲੱਗਾ ਜੀ। ਹਾਂਜੀ ਹਾਂਜੀ, ਹੁਣ ਬੋਲੋ ਮਾਸੀ ਜੀ। ਕਿੰਨਾ ਵਾਦਾਰਾ? ਹਾਂਜੀ, ਹੋਰ ਸੁਣਾਓ। ਕਿੰਨਾ ਵਾਦਾਰਾ ਸੰਭਿਆ ਗੱਲਾਂ ਕਰ ਰਿਹਾ ਜੱਗੀ ਸਾਹਿਬ? ਹਾਂਜੀ, ਤੇ ਹੁਣ ਤੂੰ ਕਿਹੜੇ ਵਿਆਹ ਦੀਆਂ ਗੱਲਾਂ ਕਰ ਰਿਹਾ, ਮੇਰੇ ਦੀਆਂ? ਹਾਂਜੀ, ਕਿਹੜੇ ਮਹੀਨੇ ਚ, ਦੇਸੀ ਮਹੀਨੇ ਚ ਕਿਹੜੇ ਚ ਹੋਇਆ ਸੀ? ਮੇਰਾ ਵਿਆਹ ਹੋਇਆ ਸੀ 16 ਚੇਤ ਦਾ। ਚੇਤ ਵਿਸਾਖ? ਅੱਛਾ, ਗਰਮੀਆਂ ਸੀ ਪੂਰੀ? ਹਾਂਜੀ, ਨਾ ਗਰਮੀਆਂ ਸੀ ਨਾ ਸਰਦੀਆਂ ਸੀ। ਚੇਤ ਹੋ ਗਿਆ ਮਤਲਬ, ਸਾਨੂੰ ਤਾਂ ਆਏ ਕਿਹੜਾ ਦੋ, ਸਾਨੂੰ ਤਾਂ ਦੋ ਲੀੜੇ ਦੇ ਕੇ ਤੇ ਕੁੰਡ ਐਡਾ ਕੱਢਦੀ ਸੀ ਬਾਈ, ਕੁੰਡ। ਉਹ ਤਾਂ ਹੈ ਜੀ, ਅੱਜ ਕੱਲ ਹੁਣ ਕੁੰਡ ਬਹੁਤ ਕੱਢਿਆ ਤੇ ਘੱਗਰਾ ਨੀ ਨਾ ਪਾਇਆ। ਅੱਛਾ, ਤੇ ਨਵਾਂ ਸੱਗੀ ਫੁੱਲ ਪਾਏ ਆ। ਲੈ ਦੱਸ ਫੇਰ ਕੀ ਫਾਇਦਾ ਹੋਇਆ? ਸੱਗੀ ਨਵਾਂ ਕਲਾ ਪਸ਼ੂ ਹੀ ਆਈ ਆ। ਹੈ ਠੀਕ ਹੈ ਜੀ, ਠੀਕ ਹੈ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ। ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਲੈਣੀ ਪੈਗੀ। ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜੀ, ਜੇ ਇੱਕ ਦੋ ਕਾਲਾਂ ਲਈਆਂ ਗਈਆਂ, ਸਮਾਂ ਬਚਿਆ ਜ਼ਰੂਰ ਲਵਾਂਗੇ, ਨਹੀਂ ਤਾਂ ਫਿਰ ਹਾਜ਼ਰ ਤਾਂ ਜ਼ਰੂਰ ਹੁੰਦੇ ਹਾਂ ਜੀ। ਦੇਖਦੇ ਰਹੋ ਜਸ ਪੰਜਾਬੀ ਜੀ। ਪ੍ਰੋਗਰਾਮ ਦਾ ਆਖਰੀ ਪੜਾਅ ਅਤੇ ਸਮਾਂ ਜਿਹੜਾ ਬਿਲਕੁਲ ਹੈ ਨਹੀਂ ਕਾਲਾਂ ਲੈਣ ਦਾ, 3-4 ਕਾਲਾਂ ਹਜੇ ਫਲੈਸ਼ ਕਰ ਰਹੀਆਂ ਨੇ, ਮੈਂ ਹੱਥ ਬੰਨ ਕੇ ਮੁਆਫੀ ਚਾਹੁੰਦਾ। ਬਹੁਤ ਸਾਰੇ ਦੋਸਤ ਮਿੱਤਰ ਹੋ ਸਕਦਾ ਅੱਜ ਦੇ ਵਿਸ਼ੇ 'ਤੇ ਗੱਲ ਕਰਨੀ ਚਾਹੁੰਦੇ ਹੋਣ, ਪਰ ਹੁਣ ਜਿਹੜਾ ਸਮਾਂ ਤੁਹਾਡੇ ਕੋਲ ਅੱਗੇ ਲੈਣ ਦਾ ਹੋ ਗਿਆ। ਸੋ ਉਮੀਦ ਕਰਦੇ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਤਾਂ ਜ਼ਰੂਰ ਚੰਗਾ ਲੱਗਦਾ ਜਦੋਂ ਤੁਸੀਂ ਕੋਈ ਸੁਝਾਅ ਦਿੰਦੇ ਹੋ, ਜਾਂ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਹੈਗੇ ਨੇ, ਬਹੁਤ ਸਾਰੇ ਪੰਜਾਬੀ ਪਿਆਰੇ ਪਿਆਰੇ ਹੈਗੇ ਨੇ, ਉਹ ਕੋਈ ਨਾ ਕੋਈ ਵਿਸ਼ਾ ਵੀ ਦੱਸਦੇ ਨੇ, ਵਿਸ਼ਾ ਦੱਸ ਕੇ ਸਾਡਾ ਹੌਸਲਾ ਵਧਾਉਂਦੇ ਨੇ, ਤਾਂ ਬਹੁਤ ਵਧੀਆ ਲੱਗਦਾ। ਤੁਸੀਂ ਵੀ ਜਿਹੜਾ ਈਮੇਲ ਕਰ ਸਕਦੇ ਹੋ, ਈਮੇਲ ਆਈਡੀ ਤੁਹਾਡੇ ਕੋਲ ਹੈਗੀ ਹੈ jaggi@jasbroadcasting.com ਜਾਂ ਫਿਰ info@jasbroadcasting.com 'ਤੇ ਤੁਸੀਂ ਹਮੇਸ਼ਾ ਈਮੇਲ ਕਰਦੇ ਹੋ। ਸਾਡਾ ਫੇਸਬੁੱਕ ਹੈ, ਟਵਿੱਟਰ ਹੈ, ਜਾਂ ਵਟਸਐਪ ਦਾ ਨੰਬਰ ਇੱਕ ਸਕਰੀਨ 'ਤੇ ਆਉਂਦਾ ਹੈ, ਉਹ 'ਤੇ ਵੀ ਸੁਨੇਹਾ ਛੱਡੋਗੇ ਤਾਂ ਉਹ 'ਤੇ ਕੋਸ਼ਿਸ਼ ਕਰੀ ਦੀ ਵੀ ਉਹਦਾ ਜਵਾਬ ਤੁਹਾਨੂੰ ਵਾਪਸ ਦਈਏ। ਪਰ ਸਿੱਧਾ ਸੌਖਾ ਤਰੀਕਾ ਜਿਹੜਾ ਸਾਡੇ ਕੈਲੀਫੋਰਨੀਆ ਵਾਲਿਆਂ ਵਾਸਤੇ ਰੱਖਿਆ, ਯਾਨੀ ਕਿ ਵੈਸਟ ਕੋਸਟ ਵਾਸਤੇ, ਚਲੋ ਕਿਤੇ ਵੀ ਕਰ ਸਕਦੇ ਫੋਨ, ਤਾਂ ਸਾਨੂੰ ਈਵਨ ਥਾਈਲੈਂਡ ਤੋਂ
ਸਿੰਗਾਪੁਰ ਤੋਂ ਉੱਧਰੋਂ ਵੀ ਫੋਨ ਆ ਜਾਂਦੇ ਨੇ ਜਦੋਂ ਮੇਰਾ ਨੰਬਰ ਉਹ ਦੇਖਦੇ ਨੇ ਸੈੱਲ ਨੰਬਰ 'ਤੇ ਸਾਡੇ ਪੰਜਾਬੀ ਜਿਹੜੇ ਦੋਸਤ ਮਿੱਤਰ ਹੈਗੇ ਨੇ ਉਹ ਵੀ ਫੋਨ ਕਰਦੇ ਨੇ। ਸੋ ਸਿੱਧਾ ਵੈਸਟ ਕੋਸਟ ਵਾਸਤੇ ਕੋਈ ਕੰਮ ਕਾਰ ਹੋਵੇ, ਕੋਈ ਸੁਨੇਹਾ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਪ੍ਰੋਗਰਾਮ ਹੋਵੇ ਕਿਸ ਤਰ੍ਹਾਂ ਦਾ, ਤਾਂ ਵੈਸਟ ਕੋਸਟ ਵਾਸਤੇ ਸਿੱਧਾ ਮੇਰਾ ਸੈੱਲ ਨੰਬਰ ਜਿਹੜਾ ਉਹ ਮੈਂ ਦੇ ਦਿੰਦਾ ਹੁੰਦਾ 209-450-3362। ਤਾਂ ਫੋਨ ਮੇਰਾ 24 ਘੰਟੇ ਆਨ ਹੁੰਦਾ। ਜੇ ਮੈਂ ਨਾ ਚੱਕ ਸਕਾਂ ਤਾਂ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਮੈਂ ਦੁਬਾਰਾ ਕਾਲ ਬੈਕ ਕਰ ਲਵਾਂ, ਅਤੇ ਜੇ ਕਿਤੇ ਭੁੱਲ ਜਾਵਾਂ, ਬੰਦਾ ਕਹਿੰਦੇ ਭੁੱਲਣਾ ਹਾਰਾ, ਤਾਂ ਤੁਸੀਂ ਦੁਬਾਰਾ ਕਾਲ ਬੈਕ ਜਿਹੜੀ ਮੈਨੂੰ ਕਰ ਲਿਆ ਕਰੋ ਜ਼ਰੂਰ। 209-450-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।